ਜਸਟਿਸ ਦੇਖ ਰਹੇ ਤੁਸੀਂ ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ। ਰਾਖਵਾਂਕਰਨ ਤੇ ਇੱਕ ਵਾਰ ਫਿਰ ਸਿਆਸੀ ਘਮਸਾਨ ਦੇਸ਼ ਦੇ ਵਿੱਚ ਤੇਜ਼ ਹੋ ਗਿਆ। ਇਹ ਤੇਜ਼ ਕਿਉਂ ਹੋਇਆ? ਸੁਪਰੀਮ ਕੋਰਟ ਨੇ ਇੱਕ ਟਿੱਪਣੀ ਕੀਤੀ ਹੈ, ਉਸ ਟਿੱਪਣੀ ਤੋਂ ਬਾਅਦ ਰਾਖਵਾਂਕਰਨ ਤੇ ਸਿਆਸੀ ਤਲਵਾਰਾਂ ਖਿੱਚ ਦਿੱਤੀਆਂ ਗਈਆਂ ਨੇ। ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਤੇ ਸੰਘ ਤੇ ਸਾਰਿਆਂ ਤੇ ਇਕੱਠਾ ਹਮਲਾ ਬੋਲਿਆ। ਉਹ ਕਹਿੰਦੇ ਕਿ ਇਹ ਰਾਖਵਾਂਕਰਨ ਇਹਨਾਂ ਨੂੰ ਚੁੱਭਦਾ, ਇਹਨਾਂ ਦੇ DNA ਵਿੱਚ ਚੁੱਭਦਾ ਅਤੇ ਅਸੀਂ ਰਾਖਵਾਂਕਰਨ ਖਤਮ ਨਹੀਂ ਹੋਣ ਦੇਵਾਂਗੇ। ਕੇਂਦਰ ਸਰਕਾਰ ਦੇ ਮੰਤਰੀਆਂ ਨੇ, ਕੇਂਦਰ ਸਰਕਾਰ ਦੇ ਮੈਂਬਰ ਪਾਰਲੀਮੈਂਟਸ ਨੇ ਸੰਸਦ ਦੇ ਵਿੱਚ ਜਵਾਬ ਦਿੱਤੇ ਹੈ ਕਿ ਅਸੀਂ ਉਸ ਮਾਮਲੇ ਵਿੱਚ ਧਿਰ ਨਹੀਂ, ਇੰਤਜ਼ਾਰ ਕਰੋ ਸਰਕਾਰ ਕੀ ਜਵਾਬ ਦਿੰਦੀ ਹੈਗੀ ਹੈ। ਪਰ ਸਵਾਲ ਇਹ ਹੈਗਾ ਕਿ ਰਾਖਵਾਂਕਰਨ 'ਤੇ ਰਾਜਨੀਤੀ ਹੋ ਕੇ ਰਹੀ ਹੈ। ਪਰ ਇਸ ਤੋਂ ਵੱਡਾ ਸਵਾਲ ਇਹ ਹੈਗਾ ਕਿ ਸੁਪਰੀਮ ਕੋਰਟ ਵਿੱਚ ਪ੍ਰਮੋਸ਼ਨ 'ਚ ਰਾਖਵਾਂਕਰਨ ਦੇ ਮੁੱਦੇ 'ਤੇ ਕੀ ਕੇਂਦਰ ਸਰਕਾਰ ਦੇ ਰੋਲ 'ਤੇ ਸਵਾਲ ਚੁੱਕਣੇ ਜਾਇਜ਼ ਹੈ? ਜੇ ਸਵਾਲ ਚੁੱਕਣੇ ਚਾਹੀਦੇ ਆ ਤਾਂ ਕਿਹੋ ਜਿਹੇ ਸਵਾਲ ਚੁੱਕਣੇ ਚਾਹੀਦੇ ਆ? ਕੀ ਇਕੱਲੇ ਕੇਂਦਰ ਸਰਕਾਰ 'ਤੇ ਸਵਾਲ ਚੁੱਕਣੇ ਚਾਹੀਦੇ ਆ ਜਾਂ ਜਿਹੜੇ ਸਵਾਲ ਚੁੱਕ ਰਹੇ ਉਹਨਾਂ 'ਤੇ ਵੀ ਸਵਾਲ ਚੁੱਕਣੇ ਚਾਹੀਦੇ? ਇਸੇ ਕਰਕੇ ਸਵਾਲ ਪੁੱਛਾਂਗੇ, ਰਾਖਵਾਂਕਰਨ ਤੇ DNA ਵਾਲੀ ਰਾਜਨੀਤੀ ਕਿਉਂ? ਟੂ ਦਾ ਪੁਆਇੰਟ ਵੀ ਤੁਹਾਨੂੰ ਪੁਆਇੰਟ ਟੂ ਪੁਆਇੰਟ ਫਟਾਫਟ ਦੱਸ ਦਈਏ ਕਿਉਂ ਬਹਿਸ ਕਰ ਰਹੇ ਹਾਂ। ਨੌਕਰੀਆਂ 'ਚ ਪ੍ਰਮੋਸ਼ਨ 'ਚ ਰਾਖਵਾਂਕਰਨ ਤੇ ਸੁਪਰੀਮ ਕੋਰਟ ਦੀ ਟਿੱਪਣੀ ਤੇ ਸਿਆਸਤ ਹੋਰ ਤਾਕੀ ਹੈ। ਲੋਕ ਸਭਾ ਵਿੱਚ ਹੰਗਾਮਾ ਹੋਇਆ, ਸੰਸਦ ਦੇ ਨਾਲ ਸੜਕ 'ਤੇ ਵੀ ਸਿਆਸੀ ਕਮਸਾਨ ਤੇਜ਼ ਹੋ ਗਿਆ, ਬਿਆਨਬਾਜ਼ੀਆਂ ਤੇਜ਼ ਹੋ ਗਈਆਂ। BJP ਸੰਘ ਦੇ DNA ਵਿੱਚ ਰਾਖਵਾਂਕਰਨ ਚੁੱਭਦਾ, ਰਾਖਵਾਂਕਰਨ ਖਤਮ ਨਹੀਂ ਹੁੰਦਾ ਮਗੇ, ਰਾਹੁਲ ਗਾਂਧੀ ਬਿਆਨ ਦੇ ਰਿਹਾ। ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਪਲਟਵਾਰ ਕੀਤਾ, ਰਾਖਵਾਂਕਰਨ 'ਤੇ ਰਾਜਨੀਤੀ ਕਰ ਰਹੀ ਹੈ ਕਾਂਗਰਸ। ਸਮਾਜਿਕ ਨਿਆਂ ਮੰਤਰੀ ਥਾਵਰਚੰਦ ਗਹਿਲੋਤ ਦੀ ਸਫਾਈ ਆਈ ਹੈ ਕਿ ਸਰਕਾਰ ਇਸ ਮਾਮਲੇ 'ਤੇ ਧਿਰਨੀ ਹੈ, ਇੰਤਜ਼ਾਰ ਕਰਨਾ ਚਾਹੀਦਾ ਤੁਹਾਨੂੰ, ਕੀ ਕੁਛ ਅਸੀਂ ਕਰਾਂਗੇ। ਕੇਂਦਰ ਦੇ ਸਹਿਯੋਗੀ LGP ਆਗੂ ਚਿਰਾਗ ਪਾਸਵਾਨ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰ ਦਿੱਤਾ, ਇਹ ਖੁਦ ਸਹਿਯੋਗੀ ਹੈਗੇ ਆ ਅਤੇ ਹੋਰ ਆਪਣਾ ਦਲ ਉਹਨਾਂ ਨੇ ਵੀ ਵਿਰੋਧ ਜਤਾਇਆ ਹੈਗਾ। SC/ST ਸੋਧ ਕਾਨੂੰਨ 2018 ਨੂੰ ਸੁਪਰੀਮ ਕੋਰਟ ਨੇ ਬਰਕਰਾਰ ਰੱਖਿਆ, ਵਿਰੋਧ ਪਟੀਸ਼ਨਾਂ ਖਾਰਜ ਕੀਤੀਆਂ ਗਈਆਂ। ਅਨੁਸੂਚਿਤ ਜਨਜਾਤੀ ਸੋਧ ਕਾਨੂੰਨ ਦੀ ਅਸੀਂ ਗੱਲ ਕਰ ਰਹੇ ਹਾਂ, ਸੁਪਰੀਮ ਕੋਰਟ ਦੇ ਫੈਸਲੇ 'ਤੇ ਇਸ 'ਤੇ ਵੀ ਚਰਚਾ ਤੇਜ਼ ਹੋ ਗਈ ਹੈ, ਪਰ ਇਸ 'ਤੇ ਉਸ ਤਰ੍ਹਾਂ ਦੀ ਚਰਚਾ ਨਹੀਂ ਹੋ ਰਹੀ ਜਿਹੜੀ ਪ੍ਰਮੋਸ਼ਨ 'ਚ ਰਾਖਵਾਂਕਰਨ ਦੇ ਮਾਮਲੇ 'ਤੇ ਹੋ ਰਹੀ ਹੈ। ਫੌਰਨ ਹੋਵੇਗੀ ਗ੍ਰਿਫਤਾਰੀ, FIR ਤੋਂ ਪਹਿਲਾਂ ਜਾਂਚ ਅਤੇ ਅਫਸਰ ਦੀ ਮਨਜ਼ੂਰੀ ਜ਼ਰੂਰੀ ਨਹੀਂ, ਮਾਮਲਾ ਕਾਨੂੰਨ ਤਹਿਤ ਨਾ ਹੋਇਆ ਤਾਂ ਮਿਲ ਸਕਦੀ ਹੈ ਅਗਾਊਂ ਜ਼ਮਾਨਤ, ਕੇਸ ਵੀ ਹੋ ਸਕਦਾ ਰੱਦ, ਇਹ ਸੁਪਰੀਮ ਕੋਰਟ ਨੇ ਕਿਹਾ। ਇਹ ਦੋ ਅਲੱਗ ਅਲੱਗ ਮਾਮਲੇ ਹੈਗੇ ਆ, ਪਰ ਸਿਆਸਤ ਕਹਿੰਦੀ ਕੀ ਹੈਗੀ ਆ ਪ੍ਰਮੋਸ਼ਨ 'ਚ ਰਾਖਵਾਂਕਰਨ ਦੇ ਮਾਮਲੇ 'ਤੇ, ਅਤੇ ਇਸ 'ਤੇ ਰਾਖਵਾਂਕਰਨ 'ਤੇ ਰਾਜਨੀਤੀ ਹੈ ਜਿਹੜੀ ਉਹ ਪਾਕੀ ਹੈ ਅਤੇ ਰਾਜਨੀਤੀ ਵਿੱਚ ਬਿਆਨਬਾਜ਼ੀਆਂ ਕਿਹੋ ਜਿਹੀਆਂ ਹੋ ਰਹੀਆਂ ਪਹਿਲਾਂ ਸੁਣ ਲਈਏ। ਸਰ ਆਜ ਕਿਆ ਹੋ ਗਿਆ ਇਸ ਸਰਕਾਰ ਕੋ ਜੋ ਸਰ ਹਮਾਰੇ ਇਹ ਅਧਿਕਾਰ ਕੋ ਸ਼ਿਡਿਊਲ ਕਾਸਟ ਔਰ ਸ਼ਿਡਿਊਲ ਟ੍ਰਾਈਬ ਜੋ 15% और 7.5% जो अधिकार हैं, ये अधिकार को छीनने के लिए सरकार क्यों कोशिश कर रहे हैं, ये इनको जान सर 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 बात सुनो सर, मैं पढ़ के देता हूँ सर, मैं पढ़ देता हूँ सर, ये चर्चा इस सदन में करने का कारण इसीलिए बना कि जिस तरीके से 7 फरवरी 2020 को माननीय उच्चतम न्यायालय द्वारा ये फाइंडिंग्स दी गई और उसमें ये कहा गया कि आरक्षण सरकारी नौकरियों में हो या प्रमोशन में, रिजर्वेशन की बात हो, ये मौलिक अधिकार नहीं है। सर लोक जनशक्ति पार्टी पूरी तरीके से माननीय उच्चतम न्यायालय द्वारा दिए गए इस दिशा निर्देश को खारिज करती है। उसके साथ सिर्फ ये कह रहा हूँ, मैं सिर्फ कह रहा हूँ कि BJP और RSS के DNA में, उनके DNA में रिजर्वेशन जो है उनको छुपता है और वो किसी ना किसी तरीके से उसको खत्म करना चाहते हैं। और मैं यहां से कह रहा हूं, हिंदुस्तान की जनता को कह रहा हूं और खास तौर से जो दलित OBC ST के लोग हैं उनसे कह रहा हूं कि रिजर्वेशन को हम कभी नहीं मिटने देंगे, चाहे मोदी जी सपना देखें, मोहन भगवत सपना देखें, हम उसको नहीं होने देंगे। माननीय अध्यक्ष जी, कोर्ट के माध्यम से SC/ST/OBC के आरक्षण के खिलाफ बार बार जो इस प्रकार के फैसले आते हैं उसका सबसे बड़ा कारण ये है कि हमारी न्यायपालिका के अंदर SC/ST/OBC का प्रतिनिधित्व नहीं है। इसलिए मैं अपनी पार्टी अपना दल की ओर से बार बार ये मांग करती हूँ कि न्यायपालिका के अंदर SC/ST/OBC का जो प्रतिनिधित्व है उसको सुनिश्चित किया जाए। माननीय अध्यक्ष जी, संसद के पास ये अधिकार है कि कानून बनाकर ऐसे मामलों का निपटारा करे। रिजर्वेशन हैज बीन एक्सेप्टेड एज अ स्टेट पॉलिसी, इवन सुप्रीम कोर्ट अर्लियर जजमेंट एज justified the reservation, but it has kept the ceiling up to 50%, but the recent judgment is contradictory to all these positions, so our party doesn't agree with the latest Supreme Court order. Our party wants the parliament to take up this issue. Government should take parliament into confidence and move legislations so that such judgments cannot be put in practice. और न ही भारत सरकार से शपथ पत्र मांगा गया। उक्त मामला
एसएलपी उत्तराखंड सरकार के द्वारा दिनांक 5/9/2012 में लिए गए निर्णय के कारण उत्पन्न हुई, जिससे उत्तराखंड में प्रमोशन में रिजर्वेशन लागू नहीं करने का निर्णय लिया था। यहाँ यह उल्लेख करना उचित होगा कि 2012 में उत्तराखंड में कांग्रेस पार्टी की सरकार थी। हमारी सरकार अनुसूचित जाति, अनुसूचित जनजाति एवं पिछड़े वर्ग के कल्याण के लिए समर्पित और प्रतिबद्ध है। इस विषय पर उच्च स्तरीय विचार के बाद भारत सरकार समुचित कदम उठाएगी। वड़ा सवाल को पूछा जाएगा इस डिबेट में, वड़ा सवाल यह पूछा जाएगा राखवा करने वाली विचारधारा ना वोटों का गणित कदों तक जुड़िया रहेगा, जो तक अधिकारों की गल होंदी हक्कां की गल होंदी है, कि दलतों उस भाईचारे को जिहड़े लोड़वंद हैगे आ उन्होंने हक मिलते पे आ, जां सिर्फ इस नूं वोट बैंक का जोड़ के देखा जाता है। इस लिए सवाल पूछ रहे हैं राखवा करने वाली विचारधारा नाल वोटों का गणित कदों तक जुड़िया रहेगा, इस सवाल से ही बहस करांगे। पैनल साडा मौजूद हैगा, उन्होंने तारुफ करा रहे हैं जय सिंह छिबड़ सीनियर जर्नलिस्ट ने। जय सिंह छिबड़ उन्होंने लंबा तजर्बा, तुहानूं पता है कि दलतों वाली तो पछड़ियों वाली ये सियासत कहिंदी की हैगी है, तो उन्होंने उन्होंने हक मिलते किन्ने कहे है। छिबड़ साहब बहुत स्वागत है। हरजीत सिंह गरेवाल भारतीय जनता पार्टी के बुलाए हैं, गरेवाल साहब थोड़ा बहुत स्वागत है। संघ के वड्डा अहुदा रखते हैं इसलिए इन्होंने सद्या क्योंकि संघ के भी सवाल चुके गए हैं। गुरमीत सिंह मांगड़ कांग्रेस से बुला रहे हैं, गुरमीत सिंह मांगड़ के जोड़े आगू है कि वो चाहे कौमी पद्धर के हो चाहे सूबा पद्धर हो सारे सवाल चुकते पे है, पर जोड़ा सवाल इन्हों की सरकार जोड़ता वो भी इन्होंने पूछा जरूर। मांगड़ साहब थोड़ा बहुत स्वागत है। परमजीत सिंह कैंत ए प्रेजिडेंट ने नैशनल शड्यूल कास्ट अलायंस से, तो इन्होंने समझने की कोशिश करा कि डीएनए वाला सवाल आया क्यों है, तो डीएनए का मतलब हों की है, तो डीएनए किनू किनू चुभता है, इस सवाल कैंत साहब तो लैन की कोशिश करूँगा। कैंत साहब थोड़ा बहुत स्वागत है। सब तो पहला सवाल गरेवाल साहब तुम्हें पूछना चाहूँगा, हाँ जी, बीजेपी संघ के डीएनए में राखवाकरण चुभता की जवाब दोगे? मैं के पी जी मेरी गल कह लैन देना। पहली गल तो यह आ कि राहुल गांधी इस वेले कांग्रेस के बड़े लीडर चो ने, राष्ट्रीय अध्यक्ष भी रहे, ये जिहड़े इन्हां पोजिशनां ते लोग हुंदे आ उन्हां नूं बोलण तो पहलां बहुत कुछ सोचना हुंदा। उन्हां नूं संवैधानिक संस्थावां दा भी सन्मान नहीं है, अगर सुप्रीम कोर्ट ने कुछ गल कही आ तां उहदा इकदम अग बबूला हो जाणा सोचना वना। और एक तुहाडे आपदे कह रहे अपना दा एलजीपीओ कह रहे आ, बिल्कुल उन्हां नूं वी इही गल कहोगे जो राहुल गांधी बारे बोल रहे आ? बिल्कुल बोलो, फिर उही बुद्धि आ उहनां दी, राहुल गांधी जी की सरकार कितनी देर रही और इन्होंने दलितों के लिए की किया? दलितों का कोई भला नहीं होया, और जो बेचारे गरीब ने गुरबत च ने उन्होंने एजुकेशन का इस्तेमाल प्रबंध कर दे दलित उन्होंने लाभ मिल पाता, वो लाभ उन्होंने मिले नहीं, चंद परिवारों को मिले दलितों भी, दलित अज भी उही हालत हैगी है, उहदे लई कुछ नहीं सोचते। और दूजी गल मोशन च राखवाकरण दी टिप्पणी सुप्रीम कोर्ट ने की है, केंद्र सरकार बीजेपी संघ उहदे नाल खड़ा, केंद्र सरकार उहदे च पार्टी नहीं है ना संघ दा उहदे नाल कोई ताल्लुक आ, असीं दलित समाज दे नाल खड़े। तुसीं इस मामले धिर बनना चाहुंदे हो बन सकदे हो, दलितां तुसीं इस मामले च धिर बनना चाहुंदे हो बन सकदे हो? इहदे च गल इह है कि पहली गल तां केंद्र सरकार तो कुछ पुछे ही नहीं गया, और जे पुछिया जावे फिर केंद्र सरकार की जवाब देगी? सरकार दलित समाज दे हक जाऊगी, आरक्षण रहना चाहिए, नहीं अंदोलन तो बिना चली जाऊगी कि अंदोलन करना पौगा? नहीं नहीं, अंदोलन क्यों करना पौगा, अंदोलन तो वो लोग करते हैं जिन्होंने समझ नहीं है, जिन्होंने एक समाज जरूरी है, तुम मानते हो प्रमोशन च राखवाकरण जरूरी है सरकारी नौकरियां दे? बिल्कुल, दलित समाज नूं होना चाहिए, राखवाकरण उहदे हक च, आरएसएस भी हक च, बीजेपी भी हक च, प्रधानमंत्री नरेंद्र मोदी जी भी हक च ने, इह जाण के बवाल खड़ा करदे ने। गुरमीत मांगड़, हां जी, ਤੁਸੀਂ ਹੁਣ ਇਸ ਕਰਕੇ ਸਿਆਸਤ ਕਰਦੇ ਪਿਓ ਕਿ ਦਲਿਤ ਵੋਟ ਬੈਂਕ ਤੁਹਾਡੇ ਤੋਂ ਖੁਸ਼ ਚੁੱਕਿਆ, ਜੇ ਤੁਹਾਨੂੰ ਡਾਟਾ ਯਾਦ ਨਹੀਂ ਤਾਂ ਮੈਂ ਪੂਰਾ ਡਾਟਾ ਤੁਹਾਨੂੰ ਗਣਾ ਵੀ ਦੂੰਗਾ, ਮੇਰੇ ਕੋਲ ਪਿਆ ਸਾਰਾ। ਦੇਖੋ ਜੀ, ਦਲਿਤ ਇੱਥੇ ਵੋਟ ਬੈਂਕ ਦੀ ਗੱਲ ਨਾ ਕੀਤੀ ਜਾਵੇ, ਠੀਕ ਹੈ ਜੀ, ਇਹ ਜਿਹੜਾ ਜੇ ਵੋਟ ਬੈਂਕ ਦੀ ਗੱਲ ਨਹੀਂ ਕੀਤੀ ਜਾਵੇ ਤਾਂ ਉੱਤਰਾਖੰਡ ਸਰਕਾਰ ਦੇ ਫੈਸਲੇ 'ਤੇ ਸਾਰਾ ਕੁਝ ਹੋਇਆ, ਥਾਵਰ ਚੰਦ ਗਹਿਲੋਤ ਇਹ ਗੱਲ ਕਹਿ ਰਹੇ ਆ, ਸਮਾਜਿਕ ਨਿਆਂ ਮੰਤਰੀ ਕੀ ਜਵਾਬ ਦਓਗੇ? ਕਾਂਗਰਸ ਦੀ ਸਰਕਾਰ ਸੀ ਉੱਤਰਾਖੰਡ 'ਚ। ਦੇਖੋ ਜੀ, ਇਸ ਚੀਜ਼ ਦੇ ਬਾਰੇ ਵੀ ਦੱਸ ਦਿੰਦਾ, 5/9/2012, ਚਲੋ ਮੈਂ ਇਸ ਫੈਕਟ ਦੇ ਬਾਰੇ ਮੈਨੂੰ ਨਹੀਂ ਪਤਾ ਸੀ, ਨਹੀਂ ਪਤਾ ਨਾ, ਮੈਂ ਦੱਸ ਰਿਹਾ ਨਾ ਤੁਹਾਨੂੰ, ਮੈਂ ਦੱਸ ਮੈਂ ਕਹਿੰਦਾ ਚਲੋ ਕੇਪੀ ਜੀ, ਮੈਂ ਕਹਿੰਦਾ ਵੀ ਠੀਕ ਹੈ, ਜੇ ਸਾਡੀ ਉਦੋਂ ਸਰਕਾਰ ਸੀਗੀ, ਜੇ ਉਹਨਾਂ ਨੇ ਉਹ ਸੁਪਰੀਮ ਕੋਰਟ 'ਚ ਗਏ ਇਸ ਇਸ਼ੂ ਨੂੰ ਲੈ ਕੇ ਗਲਤ ਗਏ, ਠੀਕ ਹੈ, ਮੈਨੂੰ ਇਸ ਫੈਕਟ ਬਾਰੇ ਪਤਾ ਨਹੀਂ, ਪਰ ਅੱਜ ਕਿਹਦੀ ਸਰਕਾਰ ਹੈ? ਜੇ ਗਰੇਵਾਲ ਸਾਹਿਬ ਕਹਿ ਰਹੇ ਹੈ ਜੀ ਅਸੀਂ ਦਲਿਤਾਂ ਦੇ ਨਾਲ ਹੈ, ਅਤੇ ਅੱਜ ਉੱਥੇ ਸਰਕਾਰ ਤਾਂ ਬੀਜੇਪੀ ਦੀ ਹੈ, ਇਹ ਉੱਥੇ ਨਵਾਂ ਐਫੀਡੇਵਿਟ ਫਾਈਲ ਕਰ ਦਿੰਦੇ ਜਾਂ ਕਹਿ ਦਿੰਦੇ ਜੀ ਨਹੀਂ ਅਸੀਂ ਇਹ ਕੈਰੀ ਫਾਰਵਰਡ ਨਹੀਂ ਕਰਨਾ?
ਇਹਨਾਂ ਦਾ ਸਟੈਂਡ ਕੀ ਹੈ ਮੌਕੇ ਤੇ? ਨਹੀਂ ਮੈਨੂੰ ਇੱਕ ਚੀਜ਼ ਸਮਝਾ ਦਿਓ ਮਾਗੜ ਸਾਹਿਬ, ਮੈਂ ਫਿਰ ਬ੍ਰੇਕ ਲੈਣੀ ਹੈ। ਹਾਂਜੀ, ਡੀਐਨਏ ਦੇ ਵਿੱਚ ਕਿੰਦੇ ਨੁਕਸ ਹੈਗਾ, ਕਿਹੜੀ ਸਿਆਸਤ ਦੇ? ਆਰਐਸਐਸ ਦੇ ਜੀ। ਅੱਛਾ, ਹਾਂਜੀ, ਆਰਐਸਐਸ ਫੈਸਲੇ ਕਰਦੀ ਵੀ ਸਾਰੇ? ਆਰਐਸਐਸ ਇਜ਼ ਪੁਲਿੰਗ ਦੀ ਸਟ੍ਰਿੰਗਸ, ਸਾਰੇ ਦੇਸ਼ ਨੂੰ ਪਤਾ ਹੈ ਜੀ ਬੀਜੇਪੀ ਦੀ ਸਟ੍ਰਿੰਗਸ ਆਰਐਸਐਸ ਪਹਿਲਾਂ ਤੁਸੀਂ ਕਿਹਾ ਸੀ ਆਰਐਸਐਸ ਦਾ ਪ੍ਰਧਾਨ ਮੰਤਰੀ, ਪਹਿਲਾਂ ਤੁਸੀਂ ਇਹ ਬਿਆਨ ਸੋਚਦੇ? ਦੇਖੋ ਜੀ, ਇਹ ਇਹਨਾਂ ਦੇ ਤਾਂ ਜੱਗ ਜਾਹਰ ਹੈ ਇਹਨਾਂ ਦੀ ਆਈਡੀਓਲੋਜੀ। ਆਰਐਸਐਸ ਸੰਵਿਧਾਨਿਕ ਸੰਸਥਾ? ਹਾਂਜੀ, ਆਰਐਸਐਸ ਸੰਵਿਧਾਨਿਕ ਸੰਸਥਾ, ਬਿਲਕੁਲ ਨਹੀਂ। ਆਰਐਸਐਸ ਕਾਨੂੰਨ ਬਣਾਉਂਦੀ ਹੈ, ਆਰਐਸਐਸ ਨੀਤੀ ਘਾੜੀ ਹੈ, ਕੀ ਹੈ? ਦੇਖੋ ਕੇਪੀ ਜੀ, ਆਏ ਹੈ ਆਰਐਸਐਸ ਦੀ ਆਈਡੀਓਲੋਜੀ ਬੀਜੇਪੀ ਦੀ ਆਈਡੀਓਲੋਜੀ ਹੈ ਜੀ। ਇਸ ਵੇਲੇ ਸੱਤਾ ਦੇ ਵਿੱਚ ਬੀਜੇਪੀ ਹੈ, ਕਲੀਅਰ ਮੈਜੋਰਿਟੀ ਦੇ ਵਿੱਚ ਹੈ, ਸੰਘ ਸਰਕਾਰ ਚਲਾ ਰਹੀ ਹੈ। ਯੈਸ, ਮੈਂ ਤਾਂ ਕਹਿੰਦਾ ਹਾਂ ਬ੍ਰੇਕ ਲਵਾਂਗੇ, ਫਿਰ ਤੋਂ ਬ੍ਰੇਕ, ਕੇਂਦਰ ਸਰਕਾਰ ਦਾ ਰੋਲ ਹੈ ਕੋਈ? ਠੀਕ, ਮੈਂ ਆ ਰਿਹਾ ਵਾਪਸ, ਇੱਕ ਛੋਟਾ ਬ੍ਰੇਕ ਲੈਣ, ਬ੍ਰੇਕ ਤੋਂ ਵਾਪਸ ਆਵਾਂਗੇ। ਰਾਖਵਾਕਰਨ ਤੇ ਡੀਐਨਏ ਵਾਲੇ ਸਵਾਲਾਂ 'ਚ ਕੌਣ ਕੌਣ ਹੈਗਾ, ਸਵਾਲ ਇਹ ਹੋਣੇ ਜ਼ਰੂਰੀ ਹੈਗੇ ਆ। ਪੱਤਰਕਾਰ ਇੱਕ ਮੇਰੇ ਨਾਲ ਬੈਠੇ ਆ, ਜੈ ਸਿੰਘ ਚਿੱਬੜ ਤੇ ਕੈਨ ਸਾਹਿਬ ਬੈਠੇ ਨੇ, ਉਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਹਿੰਦੇ ਡੀਐਨਏ ਤੇ ਸਵਾਲ ਹੋਣੇ ਚਾਹੀਦੇ ਆ ਤੇ ਉਸ ਡੀਐਨਏ ਤੇ ਸਵਾਲ ਕੌਣ ਪੁੱਛੇਗਾ। ਬ੍ਰੇਕ ਤੋਂ ਵਾਪਸ ਆ ਰਿਹਾ ਮੈਂ। ਪਾਲੀ ਕਿਉਂ ਪੁੱਛ ਰਹੇ, ਰਾਖਵਾਂ ਕਰਨ ਵਾਲੀ ਵਿਚਾਰਧਾਰਾ ਨਾਲ ਵੋਟਾਂ ਦਾ ਗਣਿਤ ਕਦੋਂ ਤੱਕ ਜੁੜਿਆ ਰਹੇਗਾ? ਕਹਿਣ ਸਾਹਿਬ ਕਹਿੰਦੇ ਡੀਐਨਏ ਤੇ ਸਵਾਲ ਕਰਾਂ ਮੈਂ। ਦੇਖੋ, ਡੀਐਨਏ ਦੀ ਗੱਲ ਹੋ ਰਹੀ ਹੈ, ਰਾਹੁਲ ਜੀ ਨੇ ਜਿਹੜੀ ਇਹ ਗੱਲ ਕਹੀ ਹੈ ਉਹ ਗਲਤ ਹੈ। ਇਹ ਜਿਹੜਾ ਥੋੜ੍ਹਾ ਇਸ ਜੋ ਰੈਜ਼ਰਵੇਸ਼ਨ ਇਨ ਪ੍ਰਮੋਸ਼ਨ ਹੈ, ਮੈਂ ਥੋੜ੍ਹਾ ਇਹਦੇ ਬਾਰੇ ਚਾਨਣਾ ਪਾਉਣਾ ਚਾਹੁੰਦਾ ਕਿ ਐਮ ਨਾਗਰਾਜਨ ਨੇ 96 ਦੇ ਵਿੱਚ ਇੱਕ ਡਿਸੀਜਨ ਦਿੱਤਾ ਸੀ ਕਿ ਵੀ ਸ਼ੈਡਿਊਲ ਕਾਸਟ ਕੈਟਾਗਰੀਜ਼ ਦੇ ਜਾਂ ਸ਼ੈਡਿਊਲ ਟ੍ਰਾਈਬ ਦੇ ਲੋਕ ਨੇ ਉਹਨਾਂ ਨੂੰ ਰਿਜ਼ਰਵੇਸ਼ਨ ਪ੍ਰਮੋਸ਼ਨ ਅਤੇ ਉਹਨਾਂ ਨੂੰ ਕਿੰਤੂ ਪਰੰਤੂ ਸੀ। ਲੇਕਿਨ ਜਦੋਂ ਵਾਜਪਾਈ ਜੀ ਦੀ ਸਰਕਾਰ ਆਈ 2002 ਦੇ ਵਿੱਚ 85ਵੀਂ ਸੰਵਿਧਾਨਿਕ ਸੋਧ ਨੂੰ ਲਾਗੂ ਕਰ ਦਿੱਤਾ ਗਿਆ, ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਨੂੰ ਲਾਗੂ ਕਰ ਦਿੱਤਾ ਗਿਆ, ਸਾਰੇ ਦੇਸ਼ ਵਿੱਚ ਉਹ ਲਾਗੂ ਹੈ ਅਤੇ ਸੈਂਟਰ ਦੇ ਜਿਹੜੇ ਅਦਾਰੇ ਨੇ ਉਹਨਾਂ ਦੇ ਵਿੱਚ ਲਾਗੂ ਹੈ। ਅਤੇ ਲੇਕਿਨ ਕੇਂਦਰ ਸਰਕਾਰ ਨੇ ਸੂਬੇ ਸਰਕਾਰਾਂ ਨੂੰ ਕਿਹਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਇਸ ਨੂੰ ਤੁਸੀਂ ਲਾਗੂ ਕਰੋ, ਇਹਨੂੰ ਇੰਪਲੀਮੈਂਟ ਕਰੋ। ਮੈਂ ਗੱਲ ਥੋੜ੍ਹਾ ਐਡ ਆਨ ਕਰਦਾ ਜੀ, ਉਸ ਸਵਾਲ ਦਾ ਜਵਾਬ ਦੇ ਦਿਓ ਨਾਲ ਦੀ ਫਟਾਫਟ, ਫਿਰ ਆਪਾਂ ਪਟਕ ਜਾਵਾਂਗੇ। ਉੱਤਰਾਖੰਡ ਸਰਕਾਰ ਤੇ ਸਵਾਲ ਉੱਠਿਆ, ਪੰਜਾਬ ਸਰਕਾਰ ਨੇ ਲਾਗੂ ਕੀਤਾ? ਮੈਂ ਇਹ ਗੱਲ ਕਹਿਣੀ, ਉਹੀ ਮੈਂ ਤੁਹਾਡੇ ਧਿਆਨ 'ਚ ਲੈ ਕੇ ਆਉਣਾ ਚਾਹੁੰਦਾ ਸੀ ਗੱਲ ਕਿ 2002 ਤੋਂ ਲੈ ਕੇ 2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਇਹਨਾਂ ਨੇ 85ਵੀਂ ਸੰਵਿਧਾਨਿਕ ਸੋਧ ਲਾਗੂ ਨਹੀਂ ਕੀਤੀ। ਹੁਣ 3 ਸਾਲ ਹੋ ਚੱਲੇ ਨੇ ਅਤੇ 3 ਸਾਲਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਦਾ ਨੇ ਲਾਗੂ ਨਹੀਂ ਕੀਤਾ। ਹੁਣ ਇਹ ਦੇਖੋ ਕਿ ਕਾਂਗਰਸ ਵਾਲਿਆਂ ਦੇ ਡੀਐਨਏ 'ਚ ਫਰਕ ਹੈ। ਮੈਂ ਥੋੜ੍ਹਾ ਹੋਰ ਐਡ ਆਨ ਕਰਦਾ, 2007 ਤੋਂ 2017 ਤੱਕ ਅਕਾਲੀ ਬੀਜੇਪੀ ਨੇ ਕੀਤਾ? ਨਹੀਂ ਕੀਤਾ। ਇਹਦਾ ਮਤਲਬ 2002 ਤੋਂ ਲੈ ਕੇ 2020 ਤੱਕ 18 ਸਾਲਾਂ ਦੇ ਵਿਚਾਲੇ 85ਵੀਂ ਸੰਵਿਧਾਨਕ ਸੋਧ ਨੂੰ ਪੰਜਾਬ ਵਿੱਚ ਲਾਗੂ ਨਹੀਂ ਕੀਤਾ ਗਿਆ ਜੀ। ਹਾਂ, ਹੁਣ ਬੋਲੋ। ਅਤੇ ਉਹਦੇ ਵਿੱਚ ਦੇਖੋ, ਅਗਰ ਰਾਹੁਲ ਗਾਂਧੀ ਜੀ ਨੇ ਆਪਣੀ ਪੀੜ੍ਹੀ ਹੇਠ ਸੋਟਾ ਮਾਰਨਾ ਚਾਹੀਦਾ ਕਿ ਅੱਜ ਜਿਹੜੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਹੈ, ਪਿਛਲੇ ਲਾਰਾ ਲੱਪਾ ਲਾਇਆ ਜਾ ਰਿਹਾ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਨੂੰ ਕਿ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਦਿਆ ਜਾਏਗਾ। 85ਵੀਂ ਸੰਵਿਧਾਨਿਕ ਸੋਧ ਅੱਜ ਤੱਕ ਲਾਗੂ ਨਹੀਂ ਹੋਈ। ਹਰੀਸ਼ ਰਾਵਤ ਜੀ ਦੀ ਸਰਕਾਰ ਸੀ 2012 ਦੇ ਵਿੱਚ ਉੱਤਰਾਖੰਡ ਦੇ ਵਿੱਚ, ਤਾਂ ਉਦੋਂ ਉਹਨਾਂ ਨੂੰ ਕਾਂਗਰਸ ਵਾਲਿਆਂ ਨੂੰ ਕਿਉਂ ਚੇਤਾ ਨਹੀਂ ਆਇਆ ਕਿ ਅਸੀਂ ਅਜਿਹੇ ਜਿਹੜੇ ਫੈਸਲੇ ਲਈ ਸੁਪਰੀਮ ਕੋਰਟ ਦੇ ਵਿੱਚ ਚੱਲੇ ਹਾਂ? ਸੁਪਰੀਮ ਕੋਰਟ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਕਲੋਜ਼ 16(4) ਹੈ, ਔਰ ਕਲੋਜ਼ 16(4A) ਹੈ, ਉਹ ਸੂਬਾ ਸਰਕਾਰਾਂ ਨੂੰ ਅਧਿਕਾਰ ਦਿੰਦਾ ਹੈ ਕਿ ਉਹ ਇਸ ਦਾ ਫੈਸਲਾ ਖੁਦ ਲੈਣ, ਉਹ ਖੁਦ ਮੁਖਤਿਆਰ ਨੇ। ਕਿਉਂਕਿ ਇਹਦੇ ਵਿੱਚ ਜਿਸ ਤਰੀਕੇ ਦੇ ਨਾਲ ਰਾਹੁਲ ਗਾਂਧੀ ਜੀ ਦਾ ਬਿਆਨ ਆਇਆ ਆਰਐਸਐਸ ਦੇ ਲਈ, ਬੀਜੇਪੀ ਦੇ ਲਈ, ਉਹ ਗੈਰ ਜ਼ਿੰਮੇਵਾਰਾਨਾ, ਔਰ ਉਹਨਾਂ ਨੂੰ ਇਸ ਗੱਲ ਦੇ ਉੱਤੇ ਮਾਫ਼ੀ ਮੰਗਣੀ ਚਾਹੀਦੀ ਕਿ ਇਹੋ ਜਿਹੀ ਗੱਲਾਂ ਕਿਉਂ ਕਰਦੇ ਨੇ, ਕਿਉਂਕਿ ਜਦੋਂ ਕਿ ਆਪ ਉਹ ਦੋਸ਼ੀ ਨੇ, ਪੰਜਾਬ ਦੇ ਵਿੱਚ ਵੀ ਉਹ ਆਪ ਦੋਸ਼ੀ ਨੇ। ਇਹਦਾ ਮਤਲਬ ਜੋ ਇੱਕ ਕਮਿਸ਼ਨ ਦੇ ਅਧਿਕਾਰੀ ਵੀ ਇਹ ਗੱਲ ਕਹਿ ਰਹੇ ਆ ਕਿ ਰਾਹੁਲ ਗਾਂਧੀ ਪੜ੍ਹਦੇ ਨੀਗੇ, ਬਿਨਾਂ ਪੜ੍ਹੇ ਉਹਨਾਂ ਨੇ ਜਾਂ ਉਹਨਾਂ ਨੇ ਸਲਾਹ ਕਰਨੇ, ਉਹਨਾਂ ਨੂੰ ਬਿਆਨ ਰਟਾ ਤਾ, ਉਹਨਾਂ ਨੇ ਦੇਤਾ ਜੀ, ਇਹਦੇ ਵਿੱਚ ਸੱਚ ਹੈ? ਹਾਂਜੀ, ਸੱਚ ਹੈ ਕਿ ਉਹਨਾਂ ਨੂੰ ਆਪ ਸਮਝ ਨਹੀਂ ਹੈ ਇਸ ਗੱਲ। ਮੈਂ ਆ ਰਿਹਾ ਗੁਰਮੀਤ ਮੰਗਟ ਆ ਰਿਹਾ। ਛਿੱਬੜ ਸਾਹਿਬ ਜੀ, ਇਸ ਪੂਰੇ ਮਾਮਲੇ 'ਤੇ ਸਿਆਸਤ ਤਾਂ ਹੋ ਰਹੀ ਹੈ, ਮੇਰਾ ਸਵਾਲ ਸਿਆਸਤ ਤੋਂ ਹਟ ਕੇ ਹੋ ਤੁਹਾਨੂੰ, ਸਵਾਲ ਇਹ ਹੈ ਕਿ ਦਲਿਤਾਂ ਨੂੰ ਜਦੋਂ ਵੀ ਉਹਨਾਂ ਦਾ ਕੋਈ ਮੁੱਦਾ ਚੁੱਕਿਆ ਜਾਂਦਾ, ਉਦੋਂ ਜਾਂ ਤਾਂ ਕੋਈ ਧਾਰਮਿਕ ਮੁੱਦੇ ਨਾਲ ਜੋੜ ਕੇ ਉਹਨਾਂ ਨੂੰ ਦੇਖਿਆ ਜਾਂਦਾ, ਜਾਂ ਵੋਟ ਬੈਂਕ ਦੀ ਸਿਆਸਤ ਨਾਲ ਜੋੜ ਕੇ ਦੇਖਿਆ ਜਾਂਦਾ। ਜੋ ਦਲਿਤਾਂ ਦੇ ਅਸਲ ਮੁੱਦੇ ਹੁੰਦੇ ਆ ਕਿ ਉਹਨਾਂ ਨੂੰ ਅਗਾਂਹ ਕਿਵੇਂ ਲੈ ਕੇ ਜਾਣਾ, ਉਸ 'ਤੇ ਸਾਰੀ ਸਿਆਸਤ ਭੱਜ ਜਾਂਦੀ ਹੈ। ਛਿੱਬੜ ਸਾਹਿਬ, ਕੇਪੀ ਜੀ, ਸਭ ਤੋਂ ਪਹਿਲਾਂ ਗਰੇਵਾਲ ਸਾਹਿਬ ਨੇ ਅਤੇ ਮਾਂਗਟ ਸਾਹਿਬ ਨੇ, ਦੋ ਜਿਹੜੀਆਂ ਨੈਸ਼ਨਲ ਪਾਰਟੀਆਂ ਦੇ ਬੁਲਾਰੇ ਇੱਥੇ ਬੈਠੇ ਨੇ, ਇਹਨਾਂ ਨੇ ਇਹ ਗੱਲ ਮੰਨ ਲਈ ਆ ਕਿ ਦਲਿਤਾਂ ਨੂੰ ਜਿਹੜਾ ਰਾਖਵਾਂਕਰਨ ਦਾ ਲਾਭ ਆ ਉਹ ਮਿਲਣਾ ਚਾਹੀਦਾ,
तो मिल नहीं रहा। यह गल बखरी है भी दोवे पार्टियां ने बुला रहे हैं एक दूजे पर गल सुट ली, पर यह गल इन्होंने मोड़ लाती कि इस मुद्दे पर दोवे पार्टियां जिहड़ियां गंभीर नहीं है, जिहड़ा दलतां दे नाल जिहड़ी अणहोणी वापर रही है जां उन्हां नूं जिहड़ा राखवांकरण दा लाभ नहीं मिल रहा। दूजी गल जिहड़ी कैं साहब उन्हां ने भी गल कही आ कि जिहड़ा 85वीं सोध जिहड़ी लागू होई सीगी अज तक जिहड़ी कि वह लागू पंजाब दे विच नहीं हो सकी, हालांकि कुछ सूबिया ने लागू की आ। जिहड़ी इह गल कह रहे ना केंद्र सरकार ने यह गल कही आ 16 इहदा इन्हां ने हवाला थोड़ा जिहा ऐड ऑन भी कर दो ना, सब तो ज़्यादा आबादी पंजाब च मैं केपी जी मैं उत्थे आ रहा जिहड़ी इहने 16 इहदी गल की आ भी इह स्टेट ने फैसला करना भी देना जां किवें करना। गल इह आ भी जिहड़े केंद्र दे मुलाजम ने जिहड़े केंद्र सरकार दे अदारे ने उहनां दे विच सिद्धी जिम्मेवारी केंद्र सरकार दी बणदी आ, जिहड़े स्टेट दे अदारे ने उहनां दी सिद्धी जिम्मेवारी स्टेट ने करनी आ। इहदा मतलब इह नहीं हैगा भी स्टेट दी मर्जी आ, मर्जी नहीं उहनां ने, उहनां दा मतलब इह आ भी इहना सैक्शन के तहत जिम्मेवारी स्टेट के जिहड़े अदारे आ उह स्टेट सरकार दी बणदी आ उहनां नूं लाभ देण बारे, ठीक है। पिछले 10 साल अकाली भाजपा की सरकार रही, गुलजार सिंह राणी के जो कांग्रेस के जिहड़े ओपोजिशन बेंच पर बैठे सीगे बार बार उत्थे राखवांकरण की गल करते रहे, गुलजार सिंह राणी के उत्थे जिहड़ी फाइल आ उह विधानसभा च नहीं पेश कर सके। उत्ते बाद 5 साल पहला कैप्टन अमरिंदर सिंह रहे, 3 साल हुण बीत हो चुके, अकाली दल दे एससी विंग दे मुखी भी रहे नाल बिल्कुल मुखी भी रहे, अज तक वह नहीं गल पेश कर सके। राहुल गांधी नूं जे उत्थे बैठ के दलतां की चिंता है ਤਾਂ ਉਹ ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿਣ ਕਿ ਜੇ ਤੂੰ ਇਹ ਸੱਚਮੁੱਚ ਚਾਹੁੰਦੇ ਆ ਨਾ, ਰਾਹੁਲ ਗਾਂਧੀ ਚਾਹੁੰਦਾ ਜਾਂ ਕੈਪਟਨ ਅਮਰਿੰਦਰ ਸਿੰਘ ਚਾਹੁੰਦਾ, ਦਲਤਾਂ ਦੇ ਨਾਮ 'ਤੇ ਰਾਜਨੀਤੀ ਛੱਡ ਕੇ ਜਿਹੜੇ ਉਹਨਾਂ ਦੇ ਹੱਕ ਬਣਦੇ ਆ ਨਾ ਉਹਨਾਂ ਨੂੰ ਹੱਕ ਦਵਾਏ ਜਾਣ। ਤੁਹਾਡੇ ਯਾਦ ਹੋਣਾ ਜਦੋਂ ਪਿਛਲੀ ਵਾਰੀ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਜਯੰਤੀ ਮਨਾ ਰਹੇ ਸੀਗੇ ਜਲੰਧਰ ਦੇ ਵਿੱਚ, ਸਾਧੂ ਸੀ ਧਰਮਸੋਤ ਨੇ ਉੱਥੇ ਬਿਆਨ ਦੇ ਕੇ ਆਇਆ ਸੀ ਵੀ ਕੁਝ ਮੰਤਰੀ ਅਤੇ ਕੁਝ ਅਧਿਕਾਰੀ ਜਿਹੜਾ ਰਾਖਵਾਂਕਰਨ ਲਾਗੂ ਕਰਾਉਣ ਦੇ ਵਿੱਚ ਅੜਿੱਕਾ ਬਣ ਰਹੇ ਨੇ, ਅਤੇ ਜਿਹੜਾ ਹੁਣ ਤਾਜ਼ਾ ਬਿਆਨ ਉਹਨਾਂ ਨੇ ਕੱਲ੍ਹ ਦਿੱਤਾ ਜਲੰਧਰ ਦੇ ਵਿੱਚ ਭਗਤ ਸ਼੍ਰੋਮਣੀ ਭਗਤ ਗੁਰੂ ਰਵਿਦਾਸ ਜੀ ਦੇ ਦਿਹਾੜੇ 'ਤੇ, ਉੱਥੇ ਵੀ ਉਹਨਾਂ ਨੇ ਇਹ ਗੱਲ ਕਹੀ ਆ ਵੀ ਦਲਤਾਂ ਨੂੰ ਸੰਵਿਧਾਨ ਬਚਾਉਣ ਵਾਸਤੇ ਅੱਗੇ ਆਉਣਾ ਚਾਹੀਦਾ। ਇਹਦੇ ਮਤਲਬ ਇਹ ਗੱਲ ਸਿੱਧੀ ਸਿੱਧੀ ਸਪਸ਼ਟ ਰੂਪ ਵਿੱਚ ਜਾ ਰਹੀ ਆ ਵੀ ਕਿਤੇ ਨਾ ਕਿਤੇ ਜਿਹੜੀ ਅੱਜ ਪੂਰੇ ਦੇਸ਼ ਦੇ ਵਿੱਚ ਜਿਹੜੀ ਦਲਤਾਂ ਦੀ ਹਾਲਤ ਆ, ਦਲਤਾਂ ਦੀ ਪੋਜੀਸ਼ਨ ਆ, ਦਲਤਾਂ ਦੀ ਦਸ਼ਾ, ਉਹ ਬਹੁਤ ਵਿਗੜ ਚੁੱਕੀ ਆ। ਇਹ ਸਾਰੀਆਂ ਪਾਰਟੀਆਂ ਉਹ ਦਲਤਾਂ ਦੇ ਨਾਂ ਪਰ ਰੱਜ ਕੇ ਰਾਜਨੀਤੀ ਕਰ ਰਹੀਆਂ, ਦਲਤਾਂ ਦੇ ਜਿਹੜੇ ਹੱਕ ਆ, ਹੱਕ ਹਕੂਕ ਜਿਹੜੇ ਉਹਨਾਂ ਦੇ ਬਣਦੇ ਆ ਉਹਨਾਂ ਨੂੰ ਉਹਨਾਂ 'ਤੇ ਮਤਲਬ ਦੂਰ ਕੀਤਾ ਜਾ ਰਿਹਾ। ਇਹ ਇਹਨਾਂ ਦੀ ਇੱਕ ਸੰਵਿਧਾਨਕ ਜਿਹੜੀ ਪੋਸਟ ਆ ਨਾ ਵੀ ਕੇ ਪੀ ਜੀ ਇੱਥੇ MLA ਲੜਾਉਣਾ ਇਹਨਾਂ ਨੇ ਜਾਂ ਕੋਈ ਸਰਪੰਚੀ ਵਾਸਤੇ ਬਣਾਉਣਾ, ਜਿਹੜੀ ਸੰਵਿਧਾਨਕ ਹੱਕ ਆ ਉੱਥੇ ਇਹਨਾਂ ਦੀ ਮਜਬੂਰੀ ਆ। ਜੇ ਸੰਵਿਧਾਨਕ ਹੱਕ ਨਾ ਹੋਣ, ਰਾਜਨੀਤਿਕ ਪਾਰਟੀਆਂ ਦੇ ਦੋਵੇਂ ਨੁਮਾਇੰਦੇ ਬੈਠੇ ਨੇ, ਮੈਂ ਤੁਹਾਨੂੰ ਦਾਅਵੇ ਨਾਲ ਲਿਖ ਕੇ ਕਹਿ ਸਕਦਾ ਇਹਨਾਂ ਦੀ ਜੁੱਤੀ 'ਚ ਪਾਣੀ ਪੀ ਲੂੰਗਾ ਜੇ ਉਹ ਜਨਰਲ ਪੋਸਟ ਪਰ ਕਿਸੇ ਰਿਜ਼ਰਵ ਨੂੰ ਲੜਾ ਕੇ ਦਿਖਾ ਦੇਣ ਕਿਸੇ ਕੈਂਡੀਡੇਟ ਨੂੰ। ਜੀ ਇਹ ਬਹੁਤ ਬਹੁਤ ਇੰਪੋਰਟੈਂਟ ਸਵਾਲ ਤੁਸੀਂ ਚੁੱਕਿਆ, ਅੱਜ ਤੱਕਰ ਦਲਿਤ ਕੋਈ ਚੀਫ ਮਿਨਿਸਟਰ ਵੀ ਨਹੀਂ ਹੋਇਆ ਪੰਜਾਬ ਦੇ ਵਿੱਚ। ਬਿਲਕੁਲ 34% ਆਬਾਦੀ ਆ 2011 ਦੀ ਜਨਗਣਨਾ ਅਨੁਸਾਰ। ਤੁਹਾਡੇ ਯਾਦ ਹੋਣਾ ਤੁਸੀਂ ਇਹ ਗੱਲ ਕਰੀ ਜਦੋਂ ਸ਼ਮਸ਼ੇਰ ਸਿੰਘ ਦੁੱਲੋ ਪੰਜਾਬ ਦੇ ਪ੍ਰਧਾਨ ਸੀਗੇ, ਖੰਨਾ ਹਲਕਾ ਰਿਜ਼ਰਵ ਜਿਹੜਾ ਉੱਥੇ ਸੀਗਾ ਟੁੱਟ ਗਿਆ, ਉਹ ਪੰਜਾਬ ਦੇ ਪ੍ਰਧਾਨ ਹੋਣ ਦੇ ਬਾਵਜੂਦ ਉਹ ਵਾਰ ਵਾਰ ਮੰਗ ਕਰਦੇ ਤੇ ਵੀ ਮੈਂ ਖੰਨੇ 'ਤੇ ਇਲੈਕਸ਼ਨ ਲੜਨਾ, ਮੈਂ ਕਿਉਂ ਖੰਨੇ 'ਤੇ ਜਿੱਤਦਾ ਰਿਹਾ, ਪਰ ਪਾਰਟੀ ਨੇ ਪ੍ਰਧਾਨ ਹੋਣ ਦੇ ਨਾਤੇ ਠੂਠਾ ਦਿਖਾਤਾ ਕਿ ਉਹ ਸੀਟ ਜਨਰਲ ਬਣ ਚੁੱਕੀ ਆ। ਉੱਥੇ ਬੇਅੰਤ ਸਿੰਘ ਦੇ ਪੁੱਤ ਜਿਹੜਾ ਹੈਗਾ ਗੁਰਕੀਰਤ ਕੋਟਲੀ ਉਹਨੂੰ ਟਿਕਟ ਦਿੱਤੀ। ਠੀਕ ਹੈ, ਇਹ ਬਹੁਤ ਇੰਪੋਰਟੈਂਟ ਸਵਾਲ। ਗਰੇਵਲ ਸਾਹਿਬ, ਹਾਂਜੀ, ਹੁਣ ਤਾਂ ਤੁਹਾਡਾ ਵੀ ਪਤਾ ਲੱਗਿਆ ਤੇ ਇਹਨਾਂ ਦਾ ਵੀ ਪਤਾ ਲੱਗਿਆ? ਨਹੀਂ, ਸਾਡਾ ਕੁਛ ਨਹੀਂ ਪਤਾ ਲੱਗਿਆ, ਨਹੀਂ ਪਤਾ ਲੱਗਿਆ। ਬੋਲੋ ਬੋਲੋ। ਦੇਖੋ, ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ 85ਵੀਂ ਸੋਧ ਕੀਤੀ ਔਰ ਕੇਂਦਰ ਸਰਕਾਰ ਦੇ ਇੰਪਲੋਈਜ਼ ਨੂੰ ਇਹ ਰਿਜ਼ਰਵੇਸ਼ਨ ਪ੍ਰਮੋਸ਼ਨਾਂ 'ਚ ਮਿਲਦੀ ਹੈ। ਔਰ ਦੂਜੀ ਗੱਲ, ਉਹਦੇ ਤੋਂ ਪਤਾ ਲੱਗ ਗਿਆ ਕਿ ਉਹ RSS ਦੇ ਪ੍ਰਚਾਰਕ ਰਹੇ ਸੀ ਔਰ RSS ਦੇ ਸਵੈਮ ਸੇਵਕ ਸੀ। DNA ਕਿਹਦਾ ਖਰਾਬ ਆ ਇਹ ਹੁਣ ਰਾਹੁਲ ਗਾਂਧੀ ਤੋਂ ਪੁੱਛ ਲੈਣਾ। ਹੁਣ ਇਹ ਜਿਹੜਾ ਫੈਸਲਾ ਆਇਆ, ਦੂਜੇ ਪਾਸੇ ਥੋੜ੍ਹਾ ਐਡ ਆਨ ਕਰਨਾ, ਜਿਹੜਾ ਫੈਸਲਾ ਆਇਆ ਇਹ ਵਾਜਪਾਈ ਸਾਹਿਬ ਦੇ ਵਿਰੋਧ ਵਿੱਚ BJP ਹੁਣ ਖੜੀ ਹੈ? ਨਹੀਂ, ਜਾਂ ਅਸੀਂ ਤਾਂ ਉਹਦੇ ਹੱਕ 'ਚ ਹੀ ਖੜੇ ਹਾਂ, ਜਾਂ ਦਲਿਤਾਂ ਦੇ ਵਿਰੋਧ 'ਚ ਖੜੇ ਹਾਂ? ਦਲਿਤਾਂ ਦੇ ਵੀ ਨਾਲ ਖੜੇ ਹਾਂ, ਕੌਣ ਕਹਿੰਦਾ ਦਲਿਤਾਂ ਦੇ ਵਿਰੋਧ 'ਚ? ਤੁਹਾਡੇ ਤੇ ਸਵਾਲ ਉੱਠਦੇ ਪਏ ਆ। ਸਵਾਲ ਤਾਂ ਜਾਣ ਕੇ, ਕਿਉਂਕਿ ਰਾਹੁਲ ਗਾਂਧੀ ਨੂੰ ਜਲਦੀ ਹੈ ਸੱਤਾ 'ਚ ਆਉਣ ਦੀ, ਇਸ ਕਰਕੇ ਦਲਿਤ ਵੋਟ ਬੈਂਕ ਬਣਾਉਣ ਦੇ ਲਈ ਉਹ ਇਹ ਕੰਮ ਕਰਦੇ ਆ ਔਰ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਦੇ ਆ, ਉਹ ਦੋਸ਼ੀ ਆ ਦੇਸ਼ ਦੇ ਲੋਕਾਂ ਦੇ। ਮੈਂ ਆਪ ਜੀ ਦੇ ਮਾਧਿਅਮ ਨਾਲ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਦੇਖਣ, ਇਹ ਪਰਖਣ ਕਿ ਇਹ ਕਾਂਗਰਸ ਕੀ ਕਰਦੀ ਆ, ਉਹਦਾ ਨੇਤਾ ਕੈਸਾ ਬਣਿਆ ਹੋਇਆ ਜਿਹੜੀ ਇੰਨੀ ਪੁਰਾਣੀ ਪਾਰਟੀ ਆ। ਔਰ ਇਹਨਾਂ ਨੇ ਜਿਹੜੀ ਸੋਧ ਕੀਤੀ 18 'ਚ, ਉਹ ਵੀ ਅਸੀਂ ਕੀਤੀ ਕਿ FIR ਰਜਿਸਟਰ ਹੋਏਗੀ, ਉਹ ਵੀ ਅਸੀਂ ਕੀਤੀ ਔਰ ਇਹ ਵੀ ਸਾਡਾ ਹੀ ਕੀਤਾ ਹੋਇਆ। ਔਰ ਕਾਂਗਰਸ ਨੇ ਲਾਗੂ ਕਿਉਂ ਨਹੀਂ ਕੀਤਾ ਪੰਜਾਬ 'ਚ, ਉਸ ਦਾ ਜਵਾਬ ਦੇਣ ਹੋਣੇ। ਮਾਂਗੜ ਸਾਹਿਬ ਇਸ ਦਾ ਜਵਾਬ ਦਿਓ, ਤੁਸੀਂ ਹੁਣ ਵੀ ਜਿਹੜਾ ਸੈਸ਼ਨ ਸੱਦਿਆ ਸੀ ਉਦੋਂ ਵੀ ਤੁਸੀਂ ਬੜੀ ਗੱਲ ਕੀਤੀ ਦਲਤਾਂ ਦੀ ਉੱਥੇ। KP ਜੀ, ਪਹਿਲਾਂ ਮੈਂ ਗਰੇਵਾਲ ਸਾਹਿਬ ਨੂੰ ਯਾਦ ਕਰਾ ਦਿਆਂ, ਇਹਨਾਂ ਨੇ ਅਟਲ ਜੀ ਦਾ ਨਾਂ ਲਿਆ
ਉਹੀ ਅਟਲ ਬਿਹਾਰੀ ਵਾਜਪੇਈ ਸੀਗੇ ਜਿਨ੍ਹਾਂ ਨੇ ਸਾਡੇ ਹੁਣ ਦੇ ਪ੍ਰਧਾਨ ਮੰਤਰੀ ਨੂੰ ਜਦੋਂ ਮੁੱਖ ਮੰਤਰੀ ਹੁੰਦੇ ਸੀਗੇ ਉਹਨਾਂ ਨੂੰ ਕਿਹਾ ਸੀਗਾ ਵੀ ਆਪਣਾ ਰਾਜ ਧਰਮ ਨਿਭਾ। ਠੀਕ ਹੈ, ਅਸੀਂ ਅਟਲ ਬਿਹਾਰੀ ਵਾਜਪੇਈ ਦੀ ਪੂਰਾ ਦੇਸ਼ ਬੜੀ ਇੱਜ਼ਤ ਕਰਦਾ ਆ, ਪੂਰਾ ਪੂਰੀ ਦੁਨੀਆ ਉਹਨਾਂ ਦੀ ਇੱਜ਼ਤ ਕਰਦੀ ਆ। ਮੁੱਦੇ ਤੋਂ ਨਹੀਂ ਭੜਕਾ ਰਹੇ, ਜੇ ਤੁਸੀਂ ਗੁਜਰਾਤ ਲੈ ਗਏ ਨਾ ਮੈਂ ਦਿੱਲੀ ਲਿਆਉਂਗਾ 84। ਮੇਰੀ ਗੱਲ ਸੁਣੋ, ਅਸੀਂ ਲਿਆਓ ਨਾ ਭੜਕਾਓ ਨਾ, ਲਿਆਓ ਮੁੱਦੇ ਨੂੰ ਭੜਕਾਓ ਨਾ। ਠੀਕ ਹੈ, ਨਹੀਂ ਮੈਂ ਅਟਲ ਬਿਹਾਰੀ ਵਾਜਪੇਈ ਤੁਸੀਂ ਇਸ ਮੁੱਦੇ ਤੇ ਫੋਕਸ ਰਹੋ। ਹਾਂ ਬਿਲਕੁਲ, ਮੁੱਦੇ ਤੇ ਹੀ ਫੋਕਸਡ ਹੈ। ਪੰਜਾਬ ਸਰਕਾਰ ਨੇ ਲਾਗੂ ਕਿਉਂ ਨਹੀਂ ਕੀਤਾ? ਪੰਜਾਬ ਸਰਕਾਰ ਕਰ ਦੂਗੀ ਜੀ ਲਾਗੂ, ਕਦੋਂ ਕਰ ਦੇਗੀ? ਇਹਦੇ ਚ ਖਿਆਈ ਕੀ ਹੈ? ਦੇਖੋ ਇੱਦਾਂ ਆ, ਖਜ਼ਾਨਾ ਦੇਖੋ ਖਜ਼ਾਨਾ ਤਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਗਾ ਵੀ ਪੰਜਾਬ ਸਰਕਾਰ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਹੈਗੀ। ਲਓ ਜੀ ਸੁਣ ਲਓ, ਮੈਂ ਖਜ਼ਾਨੇ ਦੀ ਗੱਲ ਕਰ ਰਿਹਾ ਮਾਗੜ ਸਾਹਿਬ, ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਤੁਹਾਡੇ MLA ਇਸ ਕੋਟੇ ਚੋਂ ਆਉਂਦੇ ਆ, ਉਹਨਾਂ ਨੂੰ ਪੁੱਛ ਕੇ ਦੇਖੋ, ਉਹ ਵਾਰ ਵਾਰ ਵਿਰੋਧ ਜਤਾ ਚੁੱਕੇ ਆ। ਦੇਖੋ ਜੀ ਅਲੱਗ ਅਲੱਗ ਪ੍ਰੈਸ ਕਾਨਫਰੰਸ ਹੋ ਗਈ, ਮੈਂ ਇਕੱਲੇ ਇਕੱਲੇ ਨਾਮ ਲਊਗਾ, ਮਤਲਬ ਸਾਰਾ ਟਾਈਮ ਉੱਧਰ ਲੰਘ ਜਾਣਾ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। ਰਾਖਵਾ ਕਰਨ ਪ੍ਰਮੋਸ਼ਨ ਤੇ ਪੋਲਿਟਿਕਸ ਤੇਜ਼ ਹੋ ਗਈ ਹੈ, ਪਰ ਪੋਲਿਟਿਕਸ ਆਪਦੀ ਪ੍ਰਮੋਸ਼ਨ ਕੰਚ ਲੱਗੀ ਹੋਈ ਹੈ। ਪਰ ਸਵਾਲ ਦਲਤਾਂ ਦਾ ਜਿਨ੍ਹਾਂ ਦੀ ਪ੍ਰਮੋਸ਼ਨ ਦਾ ਮੁੱਦਾ ਉੱਠਿਆ, ਪ੍ਰਮੋਸ਼ਨ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ, ਸਵਾਲ ਇਹ ਵੀ ਹੈ। ਅਤੇ ਸਵਾਲ ਇਹ ਵੀ ਉੱਠਦਾ ਕਿ ਦਲਤਾਂ ਨੂੰ ਕਦੋਂ ਤੱਕ ਰਾਖਵਾਂਕਰਨ ਦਿੰਦੇ ਰਹੋਗੇ? ਇਹ ਸਵਾਲ ਇਸ ਡਿਬੇਟ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ, ਇਹ ਵੀ ਪੁੱਛੂੰਗਾ ਜ਼ਰੂਰ। ਬ੍ਰੇਕ ਤੋਂ ਵਾਪਸ ਆ ਰਿਹਾ। ਇੰਨਾ ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਰਾਖਵਾਂਕਰਨ ਵਾਲੀ ਵਿਚਾਰਧਾਰਾ ਨਾਲ ਵੋਟਾਂ ਦਾ ਗਣਿਤ ਕਦੋਂ ਤੱਕ ਜੁੜਿਆ ਰਹੇਗਾ? ਛਿਪੜ ਸਾਹਿਬ, ਮੈਂ ਇੱਕ ਸਵਾਲ ਛੱਡ ਕੇ ਗਿਆ ਸੀਗਾ ਜੀ, ਰਾਖਵਾਂਕਰਨ ਤਾਂ ਮੈਂ ਤਾਂ ਇਹ ਪੜ੍ਹਿਆ ਸੀਗਾ ਕਿ ਰਾਖਵਾਂਕਰਨ ਨਾਲ ਦਲਿਤਾਂ ਨੂੰ ਅੱਗੇ ਵਧਾ ਕੇ ਰਾਖਵਾਂਕਰਨ ਦੀ ਸਮਾਪਤੀ ਹੋਊਗੀ ਅਤੇ ਸਾਰਾ ਸਮਾਜ ਹੈ ਉਹ ਬਰਾਬਰ ਦਾ ਹੋ ਜਾਵੇਗਾ। ਬਿਲਕੁਲ। ਫਿਰ ਸਵਾਲ ਮੇਰਾ ਨਾਲ ਇਹ ਵੀ ਹੈਗਾ ਕਿ ਗੁਰੂ ਨਾਨਕ ਸਾਹਿਬ ਦਾ ਜਿਨ੍ਹਾਂ ਦਾ 550 ਸਾਲ ਅਸੀਂ ਮਨਾ ਰਹੇ ਹਾਂ, ਉਹ ਸਰਬੱਤ ਦੇ ਭਲੇ ਦੀ ਫਲਸਫੇ ਦੀ ਗੱਲ ਕਰਦੇ ਆ, ਉਸ ਫਲਸਫੇ ਦੇ ਵਿੱਚੋਂ ਵੀ ਅਸੀਂ ਲੰਘ ਰਹੇ ਹਾਂ ਜੀ। ਜਦੋਂ ਉਹਨਾਂ ਦਾ ਪ੍ਰਕਾਸ਼ ਪੁਰਬ ਐਡੀ ਵੱਡੇ ਪੱਧਰ 'ਤੇ ਮਨਾਇਆ ਜਾਂਦਾ ਹੋਵੇ ਅਤੇ ਪਰ ਉਹਨਾਂ ਦੇ ਫਲਸਫੇ ਦੇ ਵਾਸਤੇ ਇੱਥੇ ਕੋਈ ਕੰਮ ਨਾ ਕੀਤਾ ਜਾਂਦਾ ਹੋਵੇ, ਜਦੋਂ ਸੰਵਿਧਾਨ ਦੇ ਰਾਖੇ ਡਾਕਟਰ BR ਅੰਬੇਦਕਰ ਦੀਆਂ ਗੱਲਾਂ ਨਾ ਮੰਨੀਆਂ ਜਾਂਦੀਆਂ ਹੋਣ, ਤਾਂ ਫਿਰ ਪੰਜਾਬ ਦੀ ਧਰਤੀ ਤੋਂ ਸੁਨੇਹਾ ਜਾ ਹੀ ਨਹੀਂ ਰਿਹਾ। ਕੁਛਪੜ ਸਾਹਿਬ, KP ਜੀ, ਤੁਸੀਂ ਬਾਬੇ ਨਾਨਕ ਦੀ ਗੱਲ ਕੀਤੀ, ਆਪਾਂ ਗੱਲ ਉੱਥੋਂ ਸ਼ੁਰੂ ਕਰਦੇ ਹਾਂ। ਬਾਬੇ ਨਾਨਕ ਨੇ ਜਿਹੜੇ ਸਮੇਂ ਦੇ ਹਾਕਮ 'ਤੇ ਉਹਨਾਂ ਨੂੰ ਵੰਗਾਰਿਆ, ਰਾਜੇ ਸੀ ਮੁਕੱਦਮ ਕੁੱਤੇ ਤੱਕ ਗੱਲ ਕਹੀ। ਬਾਬੇ ਨਾਨਕ ਦੇ ਨਾਲ ਭਾਈ ਮਰਦਾਨਾ ਨਾਲ ਨਾਲ ਰਹੇ, ਠੀਕ ਆ, ਜਿਹੜੇ ਦਲਿਤ ਸਮਾਜ ਦੇ ਮਾਡਰਨ ਪੁਆਇੰਟ ਆ ਇਹ, ਠੀਕ ਆ, ਦਲਿਤ ਸਮਾਜ ਦੇ ਨਾਲ ਨਾਲ ਰਹੇ। ਹਾਲਾਂਕਿ ਉਹਨਾਂ ਦਿਨਾਂ ਦੇ ਦੌਰਾਨ ਜਦੋਂ ਬਾਬਾ ਨਾਨਕ ਸੀਗਾ, ਭਗਤ ਕਬੀਰ ਜੀ ਸੀਗੇ, ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਸੀਗੇ, ਇਹ ਸਾਰੇ ਸਮਕਾਲੀ ਸੀਗੇ, ਉਦੋਂ ਦੇ ਹਾਲਾਤ ਕਿਹੋ ਜਿਹੇ ਸੀਗੇ ਦਲਿਤ ਸਮਾਜ ਦੇ, ਉਹ ਕਿਸੇ ਤੋਂ ਲੁਕੇ ਛਿਪੇ ਨਹੀਂ। ਜੇ ਆਪਾਂ ਉਸ ਵਿਸ਼ੇ ਪਰ ਗੱਲੇ ਤਾਂ ਬਹਿਸ ਬਹੁਤ ਲੰਬੀ ਹੋ ਜਾਏਗੀ। ਅਤੇ ਦੂਜੀ ਗੱਲ, ਲਾਸਟ ਮੂਮੈਂਟ ਪਰ ਆ ਕੇ ਸਿੱਖ ਪੰਥ ਦੇ ਵਿੱਚ ਜਦੋਂ ਸਾਜਿਆ ਗਿਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ 1699 ਦੇ ਵਿੱਚ 5 ਪਿਆਰੇ ਥਾਪੇ ਜਿਹੜੇ ਕਿ ਅਲੱਗ ਅਲੱਗ ਬਰਾਦਰੀ ਨਾਲ ਸੰਬੰਧਿਤ ਸਨ, ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਵੀ ਇੱਕ ਬਾਟੇ ਛਕਾਇਆ ਤਾਂ ਕਿ ਜਾਤ ਪਾਤ ਖਤਮ ਹੋ ਜਾਵੇ। ਪਰ ਅੱਜ ਅਸੀਂ ਕਿੱਥੇ ਖੜ੍ਹੇ ਹਾਂ? ਅੱਜ ਅਸੀਂ ਜੱਟ ਸਿੱਖ, ਰਾਮਗੜੀਆ ਸਿੱਖ, ਜਲਾਹਾ ਸਿੱਖ, ਰਮਦਾਸੀਆ ਸਿੱਖ, ਖੱਤਰੀ ਸਿੱਖ, ਪਤਾ ਨਹੀਂ ਕਿਹੜੇ ਸਿੱਖਾਂ ਦੇ ਵਿੱਚ ਅਸੀਂ ਅੱਜ ਵੰਡ ਹੋਏ। ਕਿਉਂ ਜਾਤ? ਜਦਕਿ ਇੱਥੇ ਜਾਤ ਪਾਤ ਨਹੀਂ ਹੈਗੀ, ਜਦਕਿ ਸਿੱਖ ਧਰਮ ਵਿੱਚ ਕੋਈ ਜਾਤ ਪਾਤ ਨਹੀਂ। ਅਸੀਂ ਜਾਤ ਪਾਤ ਨੂੰ ਬਹੁਤ ਬੜਾਵਾ ਦਿੱਤਾ। ਜਿਹੜੀ ਸਾਡੀ ਮਾਨਸਿਕਤਾ ਹੈ ਨਾ, ਅਸੀਂ ਆਪਣੇ ਮਨ ਦੇ ਵਿੱਚੋਂ, ਮਾਨਸਿਕਤਾ ਦੇ ਵਿੱਚੋਂ ਜਾਤ ਪਾਤ ਨੂੰ ਕੱਢ ਹੀ ਨਹੀਂ ਸਕੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਹੁਣ ਲੈ ਕੇ ਰੌਲਾ ਪਿਆ ਹੋਇਆ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੋਟਾਂ ਵਾਲਾ ਪਰਫਾਰਮਾ ਛਕੂਗਾ, ਉਹਦੇ ਵਿੱਚ ਛਪ ਕੇ ਆਊਗਾ ਕਿ ਤੁਸੀਂ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦੇ ਹੋ ਜਾਂ ਨਹੀਂ ਰੱਖਦੇ ਹੋ। ਕਿਆ ਮਤਲਬ? ਉਸ ਪ੍ਰੋਗਰਾਮ ਤੇ ਡਿਬੇਟ ਕਰੂੰਗਾ ਵੱਖਰੀ, ਛਿਪੜ ਸਾਹਿਬ ਮੈਂ ਮੰਗਾ ਲਿਆ। ਬਿਲਕੁਲ ਜੀ, ਉਹ ਧਰਮ ਦਾ ਮਾਮਲਾ, ਜਦ ਸਿੱਖ ਧਰਮ ਦੇ ਵਿੱਚ ਜਾਤ ਪਾਤ ਨਹੀਂ, ਸਿੱਖ ਦੀ ਇੱਕੋ ਇੱਕ ਜਾਤ ਆ ਕਿ ਉਹ ਸਿੱਖ ਆ, ਗੁਰੂ ਦਾ ਸਿੱਖ ਆ। ਪਰ ਅਸਲੀ ਆਪਣੇ ਮਨਾਂ ਦੇ ਵਿੱਚੋਂ ਜਿਹੜੀ ਜਾਤ ਪਾਤ ਆ ਉਹ ਕੱਢ ਨਹੀਂ ਰਹੇ। ਜਦੋਂ ਤੱਕ ਜਾਤ ਪਾਤ ਦੀ ਜਿਹੜਾ ਇਹ ਮਾਨਸਿਕ ਤੌਰ 'ਤੇ ਤੁਸੀਂ ਆਪਣੇ ਮਨ 'ਚੋਂ ਨਹੀਂ ਨਿਕਲਦੇ, ਉਦੋਂ ਤੱਕ ਜਿਹੜੀ ਜਾਤ ਪਾਤ ਆ ਖਤਮ ਨਹੀਂ ਹੋਣੀ। ਇਹ ਰਾਖਵਾਂ ਕਰਨ ਦਾ ਜਿਹੜਾ ਮੁੱਦਾ, ਇਹ ਇੱਦਾਂ ਇਸੇ ਤਰ੍ਹਾਂ ਭਖਾ ਰਹਿਣਾ। ਇਹ ਗੱਲ ਤੁਸੀਂ ਬਿਲਕੁਲ ਠੀਕ ਕਹਿ ਰਹੇ ਆ ਵੀ 10 ਸਾਲ ਵਾਸਤੇ ਇਹ ਰਾਖਵਾਂ ਕਰਨ ਦੇਣਾ ਸੀਗਾ। ਜੇ 10 ਸਾਲ ਵਾਸਤੇ ਜਿਹੜਾ ਰਾਖਵਾਂ ਕਰਨ ਸਹੀ ਢੰਗ ਨਾਲ ਦਿੱਤਾ ਹੁੰਦਾ, ਤਾਂ ਅੱਜ ਜਿਹੜੀ ਇਹ ਰਾਖਵਾਂ ਕਰਨ ਨੂੰ ਵਾਰ ਵਾਰ ਮੰਗ ਉੱਠ ਰਹੀ ਆ, ਵਾਰ ਵਾਰ ਜਿਹੜੇ ਦਲਿਤਾਂ ਪਰ ਅੱਤਿਆਚਾਰ ਹੋਏ, ਇਹ ਬਿਲਕੁਲ ਖਤਮ ਹੋ ਜਾਣੇ, ਅਤੇ ਅਸੀਂ ਬਿਲਕੁਲ ਨਹੀਂ ਉਹ ਇਹੋ ਜਿਹੀ ਗੱਲ ਹੋਣੀ। ਦੇਖੋ ਡਾਕਟਰ BR ਅੰਬੇਦਕਰ ਨੇ ਕਹਿੰਦਾ ਜਾਤ ਤੋੜੋ ਸਮਾਜ ਜੋੜੋ। ਕਿੰਨੇ ਕੁ ਲੋਕਾਂ ਨੇ ਜਿਹੜੇ ਆਪਣੇ ਵਿਆਹੇ ਜਾਤਾਂ ਤੋਂ ਬਾਹਰ ਜਾ ਕੇ ਕਰਵਾ ਰਹੇ ਆ। ਉਲਟਾ ਜਦੋਂ ਕੋਈ ਦਲਿਤ ਬਰਾਦਰੀ ਨਾਲ ਸੰਬੰਧਿਤ ਕੁੜੀ ਜਾਂ ਮੁੰਡਾ ਵਿਆਹ ਕਰਵਾਉਂਦਾ ਕਿਸੇ ਦੂਜੀ ਜਾਤ ਵਿੱਚ, ਤਾਂ ਉਹਨਾਂ ਨਾਲ ਕਿਆ ਨਹੀਂ ਹੁੰਦਾ, ਉਹਨਾਂ ਦੇ ਕਤਲ ਤੱਕ ਕੀਤੇ ਜਾ ਰਹੇ ਨੇ, ਉਹਨਾਂ ਨੂੰ ਜੀਣ ਦਾ ਹੱਕ ਬਿਲਕੁਲ। ਇਸ ਕਰਕੇ ਜਿਹੜੀਆਂ ਰਾਜਨੀਤਿਕ ਪਾਰਟੀਆਂ, ਇਹਨਾਂ ਨੂੰ
अपना सही मायने दे विच इह जिहड़ा इहनां दा राखवां करन दी बार बार गल करनी कर रहे आ इह इदां ही कर लैण दोवें पार्टियां भी जिन्नी जिन्हां दी आबादी आ उहदे मुताबक राखवां करन दिओ छड्डो पर जिहड़े लोक चाहे जनरल वर्ग दे चाहे होर विरोध कर रहे आ राखवां करन दा भी सानूं इहनां नूं अदालतां नूं राखवां करन दित्ता जा रहा इहदे करके अगे वध रहे आ उहनां नूं रोक दो बिलकुल खत्म कर दो देश दे विच इक नवीं गल लिखो भी जिन्नी जिन्हां दी संख्या आ उहदे मुताबक आबादी दे मुताबक दे दो चाहे उहदे विच सिख चाहे जट भाईचार हो चाहे ब्राह्मण आ जाए चाहे खत्री आ जाए चाहे दलित आ जाए जिहड़ी मर्जी जाति दा उहदी साख्या मुताबक नवीं लीक मार दो। कहन साहब तुसीं इहदे नाल सहमति प्रगटाउंदे जो छिबड़ साहब ने एक नजरिया रखिया अपना कि आबादी के हिसाब नाल इह कर देना चाहिए क्योंकि एक तो बहस यह चलती पी है कि आर्थिक तौर पर जिहड़ा राखवांकरण होना चाहिए ਕਿਹੜੀ ਬਹਿਸ ਦੇ ਵਿੱਚ ਤੁਸੀਂ ਪੈਣਾ ਚਾਹੁੰਦੇ ਹੋ ਕਿਉਂਕਿ ਇਹ ਬਹਿਸ ਵਿੱਚ ਪੈਣਾ ਨਹੀਂ ਚਾਹੁੰਦੇ ਦੇਖੋ ਜਦੋਂ ਤੱਕ ਸਾਡੇ ਦੇਸ਼ ਵਿੱਚ ਸਮਾਜਿਕ ਤੌਰ 'ਤੇ ਪਛੜਾਪਣ ਰਹੇਗਾ ਤਾਂ ਉਹਦਾ ਰਾਖਵਾਂਕਰਨ ਰਹੇਗਾ ਤੇ ਜਦੋਂ ਤੱਕ ਕੈਂਸਰ ਮੇਰੇ ਸਵਾਲ ਤੇ ਹੀ ਹੈ ਨਾ ਸਰਕਾਰ ਕਦੋਂ ਤੱਕ ਰਹੇਗਾ ਸਰਕਾਰ 10 ਸਾਲ ਦੇ ਲਈ 10 ਸਾਲ ਦੀ ਜਿਹੜੀ ਪਾਲਿਸੀ ਹੈ ਸਰਕਾਰਾਂ ਦੀ ਜਿਹੜੀ ਪਾਲਿਸੀ ਹੈ ਬੜੀ ਉਹ ਧੁੰਦਲੀ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਗੁਰੂ ਨਾਨਕ ਸਾਹਿਬ ਦਾ 550 ਸਾਲਾ ਅਸੀਂ ਦਿਹਾੜਾ ਮਨਾਇਆ ਸੈਂਟਰ ਸਰਕਾਰ ਨੇ 505.50 ਕਰੋੜ ਰੁਪਈਆ ਸ਼ੈਡਿਊਲ ਕਾਸਟ ਕਾਰਪੋਰੇਸ਼ਨ ਨੂੰ ਦਿੱਤਾ ਤੁਸੀਂ ਹੈਰਾਨ ਮੰਨੋਗੇ ਵੀ ਉਹ ਸ਼ੈਡਿਊਲ ਕਾਸਟਾਂ ਦਾ ਦਿੱਤਾ ਹੋਇਆ ਪੈਸਾ ਵੀ ਕਿਤੇ ਹੋਰ ਲੈ ਗਏ ਅਤੇ ਉਹ ਇੱਥੇ ਦੇ ਜਿਹੜੇ ਚੇਅਰਮੈਨ ਨੇ ਸ਼ੈਡਿਊਲ ਕਾਸਟ ਕਾਰਪੋਰੇਸ਼ਨ ਦੇ MLA ਰੋਲਾ ਪਾ ਰਹੇ ਨੇ ਕਿ ਵੀ ਸਾਡਾ ਜਿਹੜਾ 5.50 ਕਰੋੜ ਰੁਪਈਆ ਤਾਂ ਦੇ ਦਿਓ ਅਮਰਿੰਦਰ ਸਿੰਘ ਨੇ ਉਹ ਨਹੀਂ ਦਿੱਤਾ ਅਤੇ ਆਪਣੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਮਿਸਟਰ ਬਾਦਲ ਨੇ ਜਿਹੜੇ ਅਤੇ ਉਹਨਾਂ ਨੇ ਉਹ ਦੇਖੋ ਟਾਲਾ ਵੱਟ ਲਿਆ ਕਿ ਅਸੀਂ 500 ਸਾਲਾਂ ਮਨਾ ਲਿਆ ਅਤੇ ਮਨਾਉਣ ਦੇ ਬਾਵਜੂਦ ਜਿਹੜਾ ਸ਼ੈਡਿਊਲ ਕਾਸਟਾਂ ਨੂੰ ਪੈਸਾ ਆਇਆ ਅਤੇ ਉਹ ਨਹੀਂ ਦਿੱਤਾ ਕਿ ਜਿਹੜਾ ਪਛੜਾਪਣ ਹੈ ਇਹ ਪਛੜੇਪਣ ਦੇ ਆਧਾਰ 'ਤੇ ਹੀ ਇਸ ਦੇਸ਼ ਵਿੱਚ ਕਾਨੂੰਨ ਦੇ ਵਿੱਚ ਪ੍ਰੋਵੀਜ਼ਨ ਹੈ ਕਿ ਉਹਨਾਂ ਨੂੰ ਰਾਖਵਾਂਕਰਨ ਮਿਲਿਆ ਔਰ ਰਾਖਵਾਂਕਰਨ ਦੇ ਵਿੱਚ ਜਿਹੜਾ ਅੱਜ ਅਸੀਂ ਜਿਸ ਟੌਪਿਕ 'ਤੇ ਚੱਲਿਆ ਕਿ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ ਹੈ ਤਾਂ ਉਸ ਪ੍ਰਮੋਸ਼ਨ ਦੇ ਵਿੱਚ ਜਦੋਂ ਇਸ ਦੇ ਉੱਤੇ ਸਾਰੀ ਚਰਚਾ ਹੁੰਦੀ ਹੈ ਚਰਚਾ ਤਾਂ ਇਹ ਹੈ ਕਿ ਜਿਹੜੀ ਪੋਲੀਟੀਕਲ ਪਾਰਟੀਆਂ ਨੇ ਉਹ ਵੋਟ ਪੋਲਿਟਿਕਸ ਲਈ ਆਪਣਾ ਜਿਹੜਾ ਉਹ ਸਲੋਗਨ ਦਿੰਦੀਆਂ ਨੇ ਔਰ ਸਲੋਗਨ ਦੇਣ ਤੋਂ ਪਹਿਲਾਂ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਅਸੀਂ ਕਹਿ ਕੀ ਰਹੇ ਹਾਂ ਕਿਸ ਲਈ ਕਹਿ ਰਹੇ ਹਾਂ ਕਿਉਂਕਿ ਜਿੱਥੇ ਵੀ ਚਲੋ ਤੁਸੀਂ ਸਿਆਸਤ ਬਾਰੇ ਤਾਂ ਕਹਿ ਤਾਂ ਕਹਿਣ ਸਾਹਿਬ ਜੀ ਜਿਹੜਾ ਸੁਪਰੀਮ ਕੋਰਟ ਨੇ ਕਿਹਾ ਕਿ ਫੰਡਾਮੈਂਟਲ ਰਾਈਟ ਥੋੜ੍ਹੀ ਆ ਰਿਜ਼ਰਵੇਸ਼ਨ ਐਂਡ ਪ੍ਰਮੋਸ਼ਨਸ ਨਹੀਂ ਨਹੀਂ ਦੇਖੋ ਫੰਡਾਮੈਂਟਲ ਉਹਦੇ 'ਤੇ ਕੋਈ ਕਮੈਂਟ ਹੀ ਨਹੀਂ ਕਰ ਰਹੇ ਤੁਸੀਂ ਮੇਰੀ ਗੱਲ ਸੁਣੋ ਜੋ ਪਾਰਲੀਮੈਂਟ ਨੇ ਪਾਸ ਕਰ ਦਿੱਤਾ ਪਾਰਲੀਮੈਂਟ ਤੋਂ ਉੱਪਰ ਸੁਪਰੀਮ ਕੋਰਟ ਨਹੀਂ ਹੈ ਤੁਸੀਂ ਇਸ ਟਿੱਪਣੀ ਦਾ ਵਿਰੋਧ ਕਰਦੇ ਹੋ ਕਿਸ ਤਰ੍ਹਾਂ ਜਿਵੇਂ ਚਿਰਾਗ ਪਾਸ ਉਹਨਾਂ ਰਣ ਕੀਤਾ ਵਿਰੋਧ ਕਰਦੇ ਹੋ ਪਾਰਲੀਮੈਂਟ ਨੇ ਜੋ ਪਾਸ ਕੀਤਾ ਸੈਂਟਰ ਸਰਕਾਰ ਦਾ ਤਾਂ ਇਨਵਿਨ ਲਾਗੂ ਹੈ ਇਹ ਤਾਂ ਸਟੇਟ ਸੂਬਾ ਸਰਕਾਰਾਂ ਨੇ ਆਪਣਾ ਮੈਂ ਤਾਂ ਕਮੈਂਟ ਚਾਹੁੰਦਾ ਤੁਹਾਡੇ ਤੋਂ ਕਹਿਣ ਸਾਹਿਬ ਤੁਸੀਂ ਕਮੈਂਟ ਕਿਉਂ ਨਹੀਂ ਦੇ ਪਾ ਰਹੇ ਸੁਪਰੀਮ ਕੋਰਟ ਕਹਿੰਦੀ ਹੈ ਫੰਡਾਮੈਂਟਲ ਰਾਈਟ ਥੋੜੀ ਇਹ ਉਹਦਾ ਕੀ ਜਵਾਬ ਦੋਗੇ ਤੁਸੀਂ ਇਹ ਸੂਬਾ ਸਰਕਾਰਾਂ ਨੂੰ ਡਿਫੈਂਡ ਕਰਨਾ ਚਾਹੀਦਾ ਕਿਉਂਕਿ ਜੇ ਸੈਂਟਰ ਸਰਕਾਰ ਦਿੰਦਾ ਤਾਂ ਸੂਬਾ ਸਰਕਾਰਾਂ ਨੂੰ ਵੀ ਦੇਣਾ ਚਾਹੀਦਾ ਉਹਦੇ ਵਿੱਚ ਸੂਬਾ ਸਰਕਾਰਾਂ ਜਿਹੜੀਆਂ ਉਹ ਗਲਤ ਕਰ ਰਹੀਆਂ ਨੇ ਪੋਲਿਟਿਕਸ ਕਰ ਰਹੀਆਂ ਨੇ ਹੁਣ ਜਿਹੜੀ ਸਿਆਸਤ ਹੈਗੀ ਉਹ ਕਹਿੰਦੇ ਅੰਦੋਲਨ ਨੂੰ ਲੇਖਣਾ ਸੀ ਜਿਹੜਾ ਤੁਹਾਡੇ ਵਰਗ ਹੈਗੇ ਉਹ ਅੰਦੋਲਨ ਦੇ ਨਾਲ ਖੜਨਗੇ ਇਹ ਵਿਰੋਧੀ ਦਲਾਂ ਦੇ ਦੇਖੋ ਅਸੀਂ ਉਹਨਾਂ ਨੂੰ ਕਨਵਿੰਸ ਕਰਾਵਾਂਗੇ ਨਾ ਜਿਹੜੀ ਚੀਜ਼ ਗਲਤ ਹੈ ਕਿਉਂਕਿ ਅੰਦੋਲਨ ਸੁਪਰੀਮ ਕੋਰਟ ਨੇ ਟਿੱਪਣੀ ਗਲਤ ਕੀਤੀ ਹੈ ਜਿਹੜੀ ਇਹ ਟਿੱਪਣੀ ਕੀਤੀ ਹੈ ਕਿਉਂਕਿ ਜੋ ਪਾਰਲੀਮੈਂਟ ਨੇ ਪਹਿਲਾਂ ਪਾਸ ਕਰ ਦਿੱਤਾ ਉਹ ਤਾਂ ਸੂਬਾ ਸਰਕਾਰਾਂ ਨੂੰ ਉਹਨੂੰ ਇੰਪਲੀਮੈਂਟ ਕਰਨਾ ਚਾਹੀਦਾ ਉਹ ਟਿੱਪਣੀ ਜਿਹੜੀ ਉਹ ਠੀਕ ਨਹੀਂ ਵਾਜਬ ਨਹੀਂ ਹੈ ਹਾਂ ਬੋਲੋ ਬੋਲੋ ਚਿੱਪ ਜੀ ਇਹ ਗੱਲ ਆ ਜਿਹੜੀ ਸੁਪਰੀਮ ਕੋਰਟ ਨੇ ਇਸ ਡਿਸੀਜਨ ਦਿੱਤਾ ਜਾਂ ਗੱਲ ਕੀਤੀ ਆ ਬਿਲਕੁਲ ਗਲਤ ਕੀਤੀ ਆ ਕਿਉਂਕਿ ਜਿਹੜਾ ਰਾਖਵਾਂ ਕਰਨਾ ਉਹ ਮਤਲਬ ਸੰਵਿਧਾਨਕ ਹੱਕ ਆ ਜੇ ਉਹਨਾਂ ਦਾ ਰਾਈਟ ਬਣਦਾ ਕਿਸੇ ਚਾਹੇ ਉਹ ਸਟੇਟ ਦਾ ਮੈਟਰ ਆ ਚਾਹੇ ਉਹ ਸੈਂਟਰ ਦਾ ਮੈਂ ਜਿਹੜੀ ਗੱਲ ਹੈਗੀ ਆ ਇਸ ਕਰਕੇ ਸੁਪਰੀਮ ਕੋਰਟ ਨੂੰ ਇਹ ਗੱਲ ਕਹਿਣੀ ਵੀ ਸਟੇਟ ਦਾ ਆਪਣੇ ਮਰਜ਼ੀ ਮੁਤਾਬਕ ਕਰੇ ਜਾਂ ਕੁਛ ਕਰੇ ਬਿਲਕੁਲ ਗਲਤ ਆ ਜਿਹੜੀ ਸੁਪਰੀਮ ਕੋਰਟ ਆ ਜਿਸ ਤੋਂ ਸਪਸ਼ਟ ਹੁੰਦਾ ਹੈ ਵੀ ਇਹਨੇ ਕਿਸੇ ਨਾ ਕਿਸੇ ਪ੍ਰਭਾਵ ਹੇਠ ਆ ਕੇ ਅਜਿਹਾ ਫੈਸਲਾ ਦਿੱਤਾ ਜਦਕਿ ਜਿਹੜੀ ਰਿਜ਼ਰਵੇਸ਼ਨ ਆ ਰਾਫਾ ਕਰਨਾ ਉਹ ਉਹਨਾਂ ਦੀ ਜਿਹੜੀ ਦਲਿਤ ਲੋਕ ਨੇ ਅਨੁਸੂਚਿਤ ਜਾਤੀ ਵਰਗ ਦੇ ਲੋਕ ਨੇ ਉਹਨਾਂ ਦਾ ਰਾਈਟ ਆ ਉਹਨਾਂ ਦਾ ਹੱਕ ਆ ਕਿਉਂਕਿ ਸੁਪਰੀਮ ਕੋਰਟ ਦੀ ਇੰਟਰਪ੍ਰੀਟੇਸ਼ਨ ਨਹੀਂ ਦੇਣੀ ਤੁਸੀਂ ਮਿਸਟਰ ਮਾਂਗਟ ਤੁਸੀਂ ਕੋਰਟ ਦਾ ਰੁਖ ਵੀ ਕਰ ਰਹੇ ਹੋ ਇਸ ਮਾਮਲੇ 'ਤੇ ਦੇਖੋ ਉਹ ਸਾਡੀ ਸੜਕਾਂ 'ਤੇ ਅੰਦੋਲਨ ਕਰਨਾ ਲੀਗਲੀ ਲੜਾਈ ਦੇਖੋ ਕੇਪੀ ਜੀ ਕਿਉਂਕਿ ਤੁਹਾਡੀਆਂ ਆਪਦੀਆਂ ਸਰਕਾਰਾਂ ਦੇ ਵਿੱਚ ਘਿਰਦੀਆਂ ਵੀ ਆ ਮੇਰੀ ਗੱਲ ਸੁਣੋ ਕੇਪੀ ਜੀ ਦੇਖੋ ਜੇ ਹੋ ਸਕਦਾ ਹੈ ਵੀ ਸਾਡੀ ਪਾਰਟੀ ਦੀ ਮੀਟਿੰਗ ਦੇ ਵਿੱਚ ਸਾਨੂੰ ਅਸੀਂ ਕੋਰਟ ਦੇ ਵਿੱਚ ਵੀ ਚੱਲ ਜਾਏ ਔਰ ਹੁਣ ਪਹਿਲਾਂ ਇੱਥੇ ਕੋਈ ਡਿਸੀਜਨ ਲੈ ਕੇ ਜਾਈਓ ਪੰਜਾਬ 'ਚ ਦੇਖੋ ਕੇਪੀ ਜੀ ਆਇਆ ਔਰ ਬਿਲਕੁਲ ਬਿਲਕੁਲ ਇਹ ਜੋ ਕਹਿ ਰਹੇ ਨੇ ਕਾਂਗਰਸ ਦੇ ਬੁਲਾਰੇ ਕਹਿੰਦੇ ਸਰਾਸਰ ਗਲਤ ਕਹਿ ਰਹੇ ਨੇ ਕਿਉਂਕਿ ਸੂਬੇ ਦਾ ਅਧਿਕਾਰ ਹੈ ਮੁੱਖ ਮੰਤਰੀ ਦਾ ਅਧਿਕਾਰ ਹੈ ਕੈਬਨਿਟ ਮੈਂ ਉਹੀ ਤਾਂ ਕਹਿ ਰਿਹਾ ਨਾ ਤਾਂ ਇਹ ਕਹਿ ਰਿਹਾ ਪੰਜਾਬ 'ਚ ਫੈਸਲਾ ਲੈ ਕੇ ਜਾਈਓ ਬਿਲਕੁਲ ਬਿਲਕੁਲ ਦੇਖੋ ਸਾਡਾ ਬੜਾ ਕਲੀਅਰ ਕੱਟ ਹੈਗਾ ਜੇ ਸਾਡੀ ਪਾਰਟੀ ਨੇ ਕੋਈ ਸਟੈਂਡ ਲੈਣਾ ਹੈ ਤਾਂ ਉਹਦਾ ਨੈਸ਼ਨਲ ਸਟੈਂਡ ਹੀ ਹੋਊਗਾ ਠੀਕ ਹੈ ਐਂਡ ਆਈ ਐਮ ਸ਼ੋਰ ਵੀ ਪੰਜਾਬ ਦੇ ਵਿੱਚ ਵੀ ਇਹ ਬਹੁਤ ਜਲਦੀ
साधु सिंह धर्मसरोत चिल्ला चिल्ला के कह रहे ने कैबिनेट विच साडी सुनी नहीं जा रही कि असीं कई बार प्रपोजल लेके आए हैं कि 85th मेंटेन लागू होना चाहिए था। हाँ। और लागू नहीं हो रहा इसलिए जिम्मेवार कौन ने इन बारे जवाब दे दो। चलो एक एक और छोटा जी मेरा पॉइंट तो ले लो। हां मैं ब्रेक लेना एक एक छोटा सा पॉइंट है छिब्बड़ साहब मैं ਤੁਹਾਨੂੰ ਕੀ ਕਿਹਾ ਸੀਗਾ ਸਟਾਰਟਿੰਗ ਚ ਵੀ ਜਿਹੜਾ ਇਹ ਜਜਮੈਂਟ ਹੈ ਇਟ ਇਜ਼ ਇਨਫਲੂਐਂਸਡ ਠੀਕ ਹੈ ਉਹ ਛਿਬੜ ਸਾਹਿਬ ਦਾ ਵੀ ਉਹੀ ਓਪੀਨੀਅਨ ਹੈ ਇਟ ਇਜ਼ ਇਨਫਲੂਐਂਸਡ influenced by ਤੁਸੀਂ ਆਪਦੇ ਕਲੀਅਰ ਕਰੋ ਨਾ ਤੁਸੀਂ ਆਪਦੇ ਕਮੈਂਟ ਆਦੇਨ ਸਾਰੀ ਗੱਡੀ ਹੈ ਸੂਬਾ ਸਰਕਾਰ ਤੁਸੀਂ ਆਪਦੇ ਕਮੈਂਟ ਤੁਸੀਂ ਆਪਦੇ ਕਮੈਂਟ ਤੇ ਸਟੈਂਡ ਕਰੋਗੇ ਇਹਨਾਂ ਨੂੰ ਰੋਕੇ ਆਪਦੇ ਕਮੈਂਟ ਤੇ ਸਟੈਂਡ ਕਰੋਗੇ ਤੁਸੀਂ ਬਿਲਕੁਲ ਬਿਲਕੁਲ ਤੁਸੀਂ ਸੁਪਰੀਮ ਕੋਰਟ ਦੇ ਖਿਲਾਫ ਟਿੱਪਣੀ ਕਰ ਰਹੇ ਹੋ ਸਟੈਂਡ ਕਰੋਗੇ ਇਸ ਟਿੱਪਣੀ ਤੇ ਬਿਲਕੁਲ ਜੀ ਇਨਫਲੂਐਂਸ ਕਿੰਦਾ ਮੈਂ ਕਹਿ ਰਿਹਾ ਜੀ ਇਨਫਲੂਐਂਸ ਕਿਦਾ ਸਰਕਾਰ ਦਾ ਇਨਫਲੂਐਂਸ ਹੈ ਜੀ ਸਰਕਾਰ ਫਿਰ ਕਰੇ ਇੰਪਲੀਮੈਂਟ ਰੋਲਾ ਕਾਦਾ ਕਿਹੜੀ ਸਰਕਾਰ ਦਾ ਇਨਫਲੂਐਂਸ ਹੈ ਸਟੇਟ ਦਾ ਸੈਂਟਰ ਦਾ ਸਟੇਟ ਸਰਕਾਰ ਦਾ ਕੀ ਇਨਫਲੂਐਂਸ ਹੋਗਾ ਜੀ ਕੇਂਦਰ ਸਰਕਾਰ ਨੇ ਤਾਂ ਸਾਡੀ ਨੇ ਕੀਤਾ ਇਹ ਚਲੋ ਇਹ ਤੁਸੀਂ ਸਟੇਟ ਦਾ ਨਾਮ ਦੇ ਪਿਓ ਨਹੀਂ ਕੀਤਾ ਤੁਸੀਂ ਪੰਜਾਬ ਚ ਅਮਰਿੰਦਰ ਸਿੰਘ ਕੀ ਕਰਦਾ ਅਸੀਂ ਅਪੋਜ਼ ਕਰਦੇ ਹਾਂ ਤੁਹਾਡੀ ਕਾਂਗਰਸ ਨੰਗੀ ਹੋ ਗਈ ਇਹਦੇ ਦਲਿਤ ਵਿਰੋਧੀ ਹੈ ਇੱਕ ਇੱਕ ਛੋਟਾ ਇੱਕ ਛੋਟਾ ਹੋਰ ਗੱਲ ਸਾਹਿਬ ਉੱਤਰਾਖੰਡ ਦੇ ਵਿੱਚ ਤੁਹਾਡੀ ਸਰਕਾਰ ਹੈ ਮੈਨੂੰ ਬ੍ਰੇਕ ਲੈ ਲੈ ਸਾਡੀ ਸਰਕਾਰ ਤੁਹਾਡੀ ਸਰਕਾਰ ਦੇ ਟਾਈਮ ਤੇ ਹੋਇਆ ਜੋ ਕਾਂਗਰਸ ਦੀ ਸਰਕਾਰ ਸੀ ਚਲੋ ਮੈਂ ਐਕਸੈਪਟ ਕਰਦਾ ਕਾਂਗਰਸ ਖਿਲਾਫ ਬਤਨ ਤੁਸੀਂ 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 ਦੋਨੋਂ ਤੁਸੀਂ ਦੋਨੋਂ ਤੇ ਰਾਹ ਦੋ ਤੁਸੀਂ ਦੋਨੋਂ ਤੇ ਰਾਹ ਸਭ ਤੇ ਦੋਨੋਂ ਤੇ ਰਾਹ ਅਮਰਿੰਦਰ ਸਿੰਘ ਨੂੰ ਅਨਾਉਂਸ ਕਰ ਦੇਣਾ ਚਾਹੀਦਾ ਕਿ ਅਸੀਂ 85th ਅਮੈਂਡਮੈਂਟ ਡੀਐਨਏ ਨਾਲ ਖਰਾਬ ਆ ਉਹ ਦੇਰੀ ਕਿਉਂ ਕਰ ਰਹੇ ਨੇ ਇੱਕ ਹੋਰ ਛੋਟਾ ਜਿਹਾ ਬ੍ਰੇਕ ਲਵਾਂਗੇ ਇੱਕ आंकड़े पढ़ के दस दूंगा कि वोट बैंक है जो वो सफल हो गया एक दूजे तो इस करके लड़ाई हो रही है रिकॉर्ड मेरे को पिया 2009 दी लोक सभा चोणां दे विच 27% दलित वोट है कांग्रेस नूं चला गया सी भाजपा नूं 12% गया सीगा 2014 आई हैं लोग सभा चोणां 18.5% दलित वोट बैंक का कांग्रेस को रह गया भाजपा को 24% चला गया इवें OBC वोट बैंक होर सारा जिहड़ा मेरे को पूरे डाटे पे टाइम बहुत लग जूगा अगड़ा वोट है जिहड़ा बराबर रहा 2009 दे विच 26% तो 2014 विच कांग्रेस को रह गया 12.1% तो भारतीय जनता पार्टी को चला गया 54.1% लड़ाई यही है वोटों की ब्रेक तो वापस आ रहे सवाल एक पुछ रहे सवाल असं ये पुछ रहे राखवा करने वाली विचारधारा वोटों का गणित कदों तक जुड़िया रहेगा कैन साहब एक सवाल मैं वो भी जरूर लेना चाहता SC ST शोध कानून है जिहड़ा उहदे विच सुप्रीम कोर्ट ने पहला आपका फैसला भी पलटिया सीगा ते उस तो बाद केंद्र सरकार का विरोध भी होया बड़ियां चीज़ां लैके जिहड़ा हुण ये सारा जिहड़ा 2018 वाला शोध है कि उहनूं मान लिया हैगा सुप्रीम कोर्ट ने थोड़ा बहुत उहदे चेंजस भी है ਉਹਦੇ ਨਾਲ ਤੁਹਾਡੇ ਤੁਹਾਡਾ ਵਰਗ ਕੀ ਕਹਿਣਾ ਚਾਹੁੰਦਾ ਉਸ ਨਾਲ ਇਤਫਾਕ ਰੱਖਦਾ ਕਿਉਂਕਿ ਅਸੀਂ ਜੋ ਪਾਰਲੀਮੈਂਟ ਨੇ ਪ੍ਰਵੈਂਸ਼ਨ ਆਫ ਐਟਰੋਸਿਟੀ ਐਕਟ ਜਿਹੜਾ ਹੈ ਉਹ ਪਾਸ ਕੀਤਾ ਹੈ ਅਸੀਂ ਉਹਦੇ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਔਰ ਉਹੀ ਇਨ ਬਿਨ ਹੁਣ ਸੁਪਰੀਮ ਕੋਰਟ ਨੇ ਵੀ ਉਹੀ ਗੱਲ ਨੂੰ ਮੰਨ ਲਿਆ ਤਾਂ ਅਸੀਂ ਉਸ ਫੈਸਲੇ ਦਾ ਸਵਾਗਤ ਕਰਦੇ ਹਾਂ ਤੁਸੀਂ ਸਵਾਗਤ ਕਰਦੇ ਹੋ ਗੁਰਮੀਤ ਮਾਂਗਟ ਹਾਂਜੀ ਤੁਸੀਂ ਸਵਾਗਤ ਕਰਦੇ ਹੋ ਛਿਬੜ ਸਾਹਿਬ ਇਸ 'ਤੇ ਕੋਈ ਟਿੱਪਣੀ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਦੇ ਇਸ ਫੈਸਲੇ 'ਤੇ SC ST ਵਾਲੇ ਤੇ ਹਾਂ SC ST ਦੇਖੋ KP ਜੀ ਉਹਦੇ ਚ ਗੱਲ ਇਹ ਆ ਜਦੋਂ ਦੇਖੋ ਪਹਿਲਾਂ ਸੰਸਦ ਨੇ ਉਹ ਕਾਨੂੰਨ ਪਾਸ ਕੀਤਾ ਹੋਇਆ ਸੀਗਾ ਦੁਬਾਰਾ ਸੁਪਰੀਮ ਕੋਰਟ ਨੂੰ ਅਜਿਹਾ ਫੈਸਲਾ ਦੇਣ ਦੀ ਕਿਆ ਜ਼ਰੂਰਤ ਸੀ ਪਹਿਲੀ ਗੱਲ ਦੇਖੋ ਠੀਕ ਆ ਜਦੋਂ 2 ਅਪ੍ਰੈਲ ਨੂੰ ਉਹ ਤੇ ਪਹਿਲਾਂ ਤੁਸੀਂ ਦੇਖੋ 2 ਅਪ੍ਰੈਲ ਨੂੰ ਜਦੋਂ ਭਾਰਤ ਬੰਦ ਹੋਇਆ ਪੂਰੇ ਦੇਸ਼ ਦੇ ਵਿੱਚ ਕੱਡੇ ਵੱਡੇ ਹੱਲੇ ਗੁੱਲੇ ਹੋਏ ਸੜਕਾਂ ਜਾਮ ਹੋਈਆਂ ਟ੍ਰੇਨਾਂ ਜਾਮ ਹੋਈਆਂ ਆਖਰ ਸੰਸਦ ਦੇ ਵਿੱਚ ਆ ਕੇ ਲੋਕ ਸਭਾ ਦੇ ਵਿੱਚ ਦੱਸ ਸਕਦੇ ਦੁਬਾਰਾ ਫਿਰ ਉਹ ਕਾਨੂੰਨ ਆ ਜਿਹੜਾ ਪਾਸ ਹੋਇਆ ਅਤੇ ਸੁਪਰੀਮ ਕੋਰਟ ਨੂੰ ਮੰਨਣਾ ਪਿਆ ਗੱਲ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਾਰ ਵਾਰ ਸੁਪਰੀਮ ਕੋਰਟ ਵੱਲੋਂ ਅਜਿਹੇ ਫੈਸਲੇ ਕਿਉਂ ਦਿੱਤੇ ਜਾਂਦੇ ਨੇ ਠੀਕ ਆ ਅਤੇ ਉਹ ਤੋਂ ਬਾਅਦ ਤੁਸੀਂ ਦੇਖੋ ਜਿਹੜਾ ਰਵਿਦਾਸ ਦੇ ਗੁਰਦੁਆਰਾ ਦਿੱਲੀ ਤੋੜਿਆ ਮੰਦਿਰ ਤੋੜਿਆ ਉਹ ਵਾਲਾ ਮਾਮਲਾ ਦੇਖ ਲਓ ਕਿਤੇ ਨਾ ਕਿਤੇ ਜਾ ਕੇ ਜਿਹੜਾ ਦਲਿਤ ਵੋਟ ਬੈਂਕ ਨੂੰ ਆਰ ਜਿਹੜਾ ਤੁਸੀਂ ਗੱਲ ਰਹੇ ਨਾ ਉਹਦੇ ਵੋਟ ਬੈਂਕ ਨੂੰ ਲੈ ਕੇ ਰਾਜਨੀਤੀ ਕੀਤੀ ਜਾ ਰਿਹਾ ਦੇਸ਼ ਦੇ ਵਿੱਚ ਦਲਿਤ ਵਰਸਿਜ ਜਨਰਲ ਸਮਾਜ ਠੀਕ ਆ ਹਿੰਦੂ ਵਰਸਿਜ ਅਦਰ ਸਮਾਜ ਉਹਨਾਂ ਨੂੰ ਤੋੜਿਆ ਜਾ ਰਿਹਾ
ਤੁਸੀਂ ਜੇ ਪਿਛਲੀਆਂ ਸਾਰੀਆਂ ਘਟਨਾਕ੍ਰਮ ਨੂੰ ਦੇਖੇਗੇ, ਇਸ ਕਰਕੇ ਜਿਹੜੀ ਵੋਟ ਬੈਂਕ ਦੀ ਰਾਜਨੀਤੀ ਨੂੰ ਦੇਖ ਕੇ ਜਿਹੜੇ ਅੰਕੜਿਆਂ ਦੀ ਖੇਡ ਆ ਉਹ ਖੇਡੀ ਜਾ ਰਹੀ ਆ ਰਾਜਨੀਤਿਕ ਪਾਰਟੀਆਂ ਵੱਲੋਂ, ਜਿਹਦੇ ਕਰਕੇ ਵਾਰ ਵਾਰ ਅਜਿਹੇ ਮਾਮਲੇ ਆ ਜਿਹੜੇ ਉਹ ਨਿਕਲ ਕੇ ਆ ਰਿਹਾ। ਹੁਣ ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਪਰ ਪੂਰੀ ਤਰ੍ਹਾਂ ਇੱਕ ਜਿਹੜਾ ਮਨੋਵਾਦ ਦਾ ਕਿਹਾ ਜਾ ਰਿਹਾ ਵੀ ਉਹ ਜਿਹੜਾ ਸੰਵਿਧਾਨ ਆ ਉਹ ਪੂਰਾ ਵਾਇਰਲ ਹੋਇਆ ਪਿਆ, ਉਹ ਲਾਗੂ ਹੋਣਾ ਨਹੀਂ ਹੋਣਾ ਉਹ ਬਾਅਦ ਦੀਆਂ ਗੱਲਾਂ, ਪਰ ਕਿਤਨਾ ਕਿਤੇ ਸਮਾਜ ਦੇ ਲੋਕਾਂ ਦੇ ਵਿੱਚ ਇੱਕ ਡਰ ਪੈ ਦਾ। ਜੋ ਰਾਹੁਲ ਗਾਂਧੀ ਨੇ ਕਮੈਂਟ ਕੀਤਾ ਸੰਵਿਧਾਨ ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਸਰਕਾਰ ਵੱਲੋਂ, ਤੁਸੀਂ ਉਸ ਕਮੈਂਟ ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ? ਬਿਲਕੁਲ, ਦੇਖੋ ਸਮੇਂ ਸਮੇਂ ਦੇ ਜਿਹੜੇ ਹੈਗੇ ਆ ਇਹਨੂੰ ਸੰਵਿਧਾਨ ਨੂੰ ਤੋੜਿਆ ਮਰੋੜਿਆ ਜਾ ਰਿਹਾ ਤੇ ਲਾਗੂ ਕਰਨ ਤੋਂ ਰੋਕਿਆ ਜਾ ਰਿਹਾ, ਇਸੇ ਕਰਕੇ ਬਾਰ ਬਾਰ ਤੋੜਿਆ ਮਰੋੜਿਆ ਗੱਲ ਦੱਸ ਦਿਓ ਵੀ ਐਕਸਪਲੇਨ ਕਰ ਦਿਓ ਕਿੱਥੇ ਕਿੱਥੇ ਤੋੜਿਆ ਗਿਆ। ਜਿਹੜਾ ਮੈਂ ਤੁਹਾਨੂੰ ਇਹ ਗੱਲ ਦੱਸਦਾ ਇਹਦਾ ਮਸਲਾ ਵੀ ਆਊਗਾ ਇਹਨਾਂ ਚ, ਮੈਂ ਤੁਹਾਨੂੰ ਇਹ ਗੱਲ ਦੱਸਦਾ ਜਦੋਂ ਤੋੜਨ ਦੀ ਗੱਲ ਹੋਈ ਸੀਗੀ ਇਹ ਜੇਕਰ ਪੂਰੇ ਦੇਸ਼ ਦੇ ਵਿੱਚ ਨਾ ਹੱਲੇ ਗੁੱਲੇ ਹੁੰਦੇ, ਦੋ ਪਰਾਇਆਂ ਵਾਲੀ ਗੱਲ ਨਾ ਹੁੰਦੀ, ਸੁਪਰੀਮ ਕੋਰਟ ਦਾ ਫੈਸਲਾ ਕਹਿ ਕੇ ਇਹ ਮੰਨ ਲਿਆ ਜਾਣਾ ਤਾਂ। ਸਰਕਾਰਾਂ ਬਹੁਤ ਢੀਠ ਹੁੰਦੀਆਂ, ਜਦੋਂ ਕੋਈ ਫੈਸਲਾ ਹੁੰਦਾ ਕੋਈ ਨਾ ਕੋਈ ਕੋਰਟਾਂ ਦੇ ਵਿੱਚ, ਹਾਈ ਕੋਰਟ ਸੁਪਰੀਮ ਕੋਰਟ ਵਿੱਚ ਮਾਮਲਾ ਸੁੱਟ ਦਿੱਤਾ ਜਾਂਦਾ, ਅਫਸਰ ਹਰ ਵਕਤ ਇਹੀ ਗੱਲ ਕਹਿੰਦਾ ਜੀ ਇਹ ਮਾਮਲਾ ਤਾਂ ਜਿਹੜਾ ਜੀ ਅਦਾਲਤ ਵਿੱਚ ਆ, ਇਹ ਮਾਮਲਾ ਤਾਂ ਅਦਾਲਤ ਵਿੱਚ ਕਿੰਨੀਆਂ ਬਿਲਕੁਲ ਕੇਪੀ ਜੀ ਬਿਲਕੁਲ, ਤੁਸੀਂ ਜਾ ਕੇ ਦੇਖੋ ਸਟੇਟ ਸਰਕਾਰਾਂ ਦੇ ਹਾਈ ਕੋਰਟ ਦੇ ਵਿੱਚ ਜਿਹੜੇ ਪ੍ਰਮੋਸ਼ਨਾਂ ਦੇ ਕਿੰਨੇ ਜਿਹੜੇ ਕੇਸ ਆ ਪੈਂਡਿੰਗ ਪਏ ਨੇ। ਜਦੋਂ ਕੋਈ ਗੱਲ ਹੁੰਦੀ ਹੈ ਜੀ ਅਸੀਂ ਪ੍ਰਮੋਸ਼ਨ ਹੀ ਦੇ ਸਕਦੇ ਜੀ, ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਜਾਂ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਆ। ਮੇਰੇ ਕਹਿਣ ਦਾ ਮਤਲਬ ਇਹ ਆ, ਮੈਂ ਇਹ ਨਹੀਂ ਗੱਲ ਕਹਿ ਰਿਹਾ ਵੀ ਜਿਹੜੀਆਂ ਮਤਲਬ ਸਾਰੀਆਂ ਪਾਰਟੀਆਂ ਜਾਂ ਕਿਵੇਂ ਹੋ ਰਹੀਆਂ, ਸਾਰੀਆਂ ਪਾਰਟੀਆਂ ਨੂੰ ਇਸ ਮਸਲੇ ਵੱਲ ਸਮਾਜ ਦਾ ਜਿਹੜਾ ਤੁਸੀਂ ਨਾਰਾ ਦੇ ਰਿਹਾ ਵੀ ਸਾਰਾ ਭਾਈਚਾਰਾ ਅਸੀਂ ਇਕੱਠਾ ਕਰਕੇ ਰੱਖਣਾ, ਸਮਾਜ ਜੋੜਨ ਦੀ ਗੱਲ ਕਰਨੀ, ਸਾਰੀਆਂ ਪਾਰਟੀਆਂ ਨੂੂੰ ਉਸ ਪਾਸੇ ਵੱਲ ਵਧਣਾ ਚਾਹੀਦਾ। ਕਹਿਣ ਸਾਹਿਬ ਤੁਹਾਨੂੰ ਵੀ ਲੱਗਦਾ ਕਿ ਸਰਕਾਰ ਸੰਵਿਧਾਨ ਤੇ ਹਮਲਾ ਕਰ ਰਹੀ? ਮੈਂ ਇੱਕ ਮਿੰਟ ਦੇ ਦਿਓ, ਇੰਨਾ ਗੁੱਸਾ ਕੋ ਗੱਲ ਹੈ। ਕਹਿਣ ਸਾਹਿਬ ਜੀ, ਰਾਹੁਲ ਗਾਂਧੀ ਕਹਿੰਦੇ ਸਰਕਾਰ ਸੰਵਿਧਾਨ ਤੇ ਹਮਲਾ ਕਰ ਰਹੀ ਹੈ, ਤੁਸੀਂ ਇਸ ਨਾਲ ਇਤਫਾਕ ਰੱਖਦੇ? ਦੇਖੋ ਇਹ ਜਿਹੜੀ ਗੱਲ ਕਹਿ ਰਹੇ ਨੂੰ, ਕਿਉਂਕਿ ਅਸੀਂ ਦੇਖਦੇ ਹਾਂ ਤੇ ਕਾਂਗਰਸ ਦੇ ਸਮੇਂ ਦੌਰਾਨ ਵੀ ਜਿਹੜੀਆਂ ਕੰਸਟੀਟਿਊਸ਼ਨਲ ਅਮੈਂਡਮੈਂਟਸ ਹੁੰਦੀਆਂ ਰਹੀਆਂ, ਟਾਈਮ ਟੂ ਟਾਈਮ ਰਿਫਾਰਮ ਆਉਂਦਾ ਹੈਗਾ, ਆਉਂਦਾ ਰਹਿਣਾ ਆ। ਮੌਜੂਦਾ ਸਰਕਾਰ ਸੰਵਿਧਾਨ ਤੇ ਹਮਲਾ ਕਰ ਰਹੀ ਹੈ, ਨਹੀਂ ਕਰ ਰਹੀ? ਨਹੀਂ, ਵੋਟ ਦੀ ਪੋਲਿਟਿਕਸ ਦੇ ਰਾਹੀਂ ਉਹਨਾਂ ਨੂੰ ਇਸ ਤਰੀਕੇ ਨਾਲ ਲੋਕਾਂ ਨੂੰ ਸ਼ੈਡਿਊਲ ਕਾਸਟਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਗਲਤ ਹੈ। ਰਾਹੁਲ ਗਾਂਧੀ ਗਲਤ ਕਹਿ ਰਹੇ ਜਿਸ ਤਰੀਕੇ ਨਾਲ, ਜਿਸ ਤਰੀਕੇ ਨਾਲ ਕਹਿ ਰਹੇ ਨੇ ਉਹ ਗਲਤ ਹੈ। ਅਮੈਂਡਮੈਂਟ ਤਾਂ ਕਾਂਗਰਸ ਦੇ ਸਰਕਾਰਾਂ ਦੇ ਟਾਈਮ 'ਚ ਵੀ ਹੋਈਆਂ ਨੇ। ਹਾਂਜੀ ਗਰੇਵਾਲ ਸਾਹਿਬ, ਹੁਣ ਆਪ ਜੀ ਦੇ ਮਾਧਿਅਮ ਨਾਲ ਦਰਸ਼ਕਾਂ ਨੂੰ ਇੱਕ ਅਪੀਲ ਜ਼ਰੂਰ ਕਰਦਾ ਕਿ ਆ ਜਿਹੜੇ ਪੈਨਲਿਸਟ ਅਸੀਂ ਬੈਠਦੇ ਹਾਂ ਇਹ ਬਹੁਤ ਜ਼ਿਆਦਾ ਲੋਕ ਬਾਇਸਡ ਹੋ ਕੇ ਬੋਲਦੇ ਆ, ਆਪਣਾ ਆਕਲਨ ਕਰਿਆ ਕਰਨ, ਇਹਨਾਂ ਦੀਆਂ ਗੱਲਾਂ 'ਤੇ ਯਕੀਨ ਨਾ ਕਰਨ, ਪਹਿਲੀ ਗੱਲ। ਔਰ ਦੂਜੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਸਾਡੀ ਸਰਕਾਰ ਭਾਰਤੀ ਜਨਤਾ ਪਾਰਟੀ, ਤੁਸੀਂ ਫੈਸਲਾ ਕਰਨਾ ਕਿੰਨੀ ਗੱਲ ਮੰਨੀ ਇਹਨਾਂ ਦੀ? ਮੰਨਣਗੇ ਮੇਰੀ, ਮੰਨਣਗੇ ਪੂਰੀ। ਚਲੋ, ਕਿਉਂਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਕੱਟਦੇ ਨਹੀਂ, ਸਾਡੀ ਪਾਰਟੀ ਦੇ ਖਿਲਾਫ ਬਾਇਸ ਹੋ ਕੇ ਲੱਗੇ ਹੋ। ਗੱਲ ਇਹ ਆ, ਕੋਈ ਗੱਲ ਹੈ, ਇੱਕ ਮਿੰਟ ਮੰਗਰ ਸਾਹਿਬ ਬੋਲੋ, ਜਿਹੜੀਆਂ ਗੱਲਾਂ ਗਲਤ ਨੇ ਉਹਨਾਂ ਗੱਲਾਂ ਨੂੰ ਵੀ ਤੁਸੀਂ ਬੋਲਣ ਦਿੰਦੇ, ਉਹਨਾਂ ਨੂੰ ਟੋਕਣਾ ਚਾਹੀਦਾ ਕਿ ਵੀ ਇਹ ਗਲਤ ਬੋਲ ਰਹੇ ਹੋ, ਸਾਡੀ ਸਰਕਾਰ ਦਾ ਇਹਦੇ 'ਚ ਕੀ ਕਸੂਰ ਆ? ਹੁਣ ਜਿਹੜਾ ਰਵਿਦਾਸ ਮੰਦਰ ਦਾ ਝਗੜਾ ਕਹਿੰਦੇ ਆ ਦਿੱਲੀ ਦਾ, ਉਹ ਦਲਿਤ ਸਮਾਜ ਦੇ ਹੀ ਲੋਕ ਨੇ ਜਿਹੜੇ ਕੋਰਟ 'ਚ ਗਏ, ਉਹ ਕੋਰਟ ਤੋਂ ਫੈਸਲਾ ਲਿਆ, ਉਹਦੇ 'ਚ ਅਸੀਂ ਕੀ ਤੋੜਤਾ? ਕੀ ਭਾਰਤੀ ਜਨਤਾ ਪਾਰਟੀ ਦਾ ਉਹਦੇ 'ਚ ਹੱਥ ਸੀ? ਤੁਸੀਂ ਕੁਛ ਨਹੀਂ ਕੀਤਾ ਉਹਨਾਂ 'ਚ, ਅਸੀਂ ਕੁਛ ਨਹੀਂ ਕੀਤਾ। ਰਾਹੁਲ ਗਾਂਧੀ ਨੇ ਉਹਨਾਂ 'ਤੇ ਵੀ ਸਵਾਲ ਚੁੱਕੇ ਆ। ਅਤੇ ਰਾਹੁਲ ਗਾਂਧੀ ਦਾ ਦਿਮਾਗ ਮਾਨਸਿਕਤਾ ਉਹਦੀ ਖਰਾਬ ਹੋ ਗਈ, ਉਹਨੂੰ ਰੱਬ ਦਾ ਇਲਾਜ ਕਰਾਉਣਾ ਚਾਹੀਦਾ, ਮਾਨਸਿਕ ਬਿਮਾਰ ਆ। ਮੰਗੜ ਸਾਹਿਬ ਇੱਕ ਮਿੰਟ, ਗਰੇਵਾਲ ਸਾਹਿਬ ਸਾਰੇ ਬਾਇਸਡ ਆ, ਮੈਂ ਵੀ ਬਾਇਸਡ ਆ, ਮੈਂ ਵੀ ਬਾਇਸ ਰਿਹਾ। ਗਲਤ ਹੈ, ਦੋ ਵਾਰ ਛੱਬੜ ਸਾਹਿਬ ਬੋਲਣ ਨਹੀਂ ਦਿੱਤਾ, ਮੈਂ ਤੁਹਾਨੂੰ ਹੱਥ ਕਰਦਾ ਰਿਹਾ, ਤੁਸੀਂ ਬੋਲਣ ਨਹੀਂ ਦਿੱਤਾ, ਮੈਂ ਕਦੇ ਨਹੀਂ ਬੈਠਾ। ਇਸ ਕਰਕੇ ਤੁਹਾਨੂੰ ਗੁੱਸਾ ਆ ਗਿਆ? ਵੈਸੇ ਤੁਹਾਨੂੰ ਗੁੱਸਾ ਆਉਂਦਾ ਨਹੀਂ ਗਾ, ਮੈਨੂੰ ਸਮਝ ਨਹੀਂ ਹੈ। ਵੈਸੇ ਤੁਹਾਨੂੰ ਗੁੱਸਾ ਆਉਂਦਾ ਨਹੀਂ ਹੈ ਨਾ ਜਿਹੜਾ ਤੁਸੀਂ ਅੱਜ ਕਰਦੇ? ਮੇਰੀ ਪਾਰਟੀ ਦਾ ਤੁਸੀਂ ਪੱਖ ਨਹੀਂ, ਪਾਰਟੀ ਤੁਹਾਡਾ ਪੱਖ ਲੈ ਰਹੇ ਨਾ, ਕਿਉਂਕਿ ਪਹਿਲਾਂ ਸਵਾਲ ਲਊਂਗਾ ਫਿਰ ਹੀ ਪੱਖ ਲਊਂਗਾ ਨਾ, ਮੈਂ ਸਵਾਲ ਲਊਂਗਾ ਫਿਰ ਹੀ ਪੱਖ ਲਊਂਗਾ ਨਾ, ਮੈਂ ਸਾਰਾ ਕਸੂਰ ਕਾਂਗਰਸ ਦਾ, ਕਾਂਗਰਸ ਦੀ ਸਰਕਾਰ ਦੇ ਟਾਈਮ। ਨਹੀਂ, ਕਾਂਗਰਸ ਦੇ ਸਾਰੇ ਸਵਾਲ ਹਾਈ ਕੋਰਟ ਗਿਆ, ਕਾਂਗਰਸ ਦੇ ਸਾਰੇ ਸਵਾਲ ਹੋ ਰਹੇ ਤੁਹਾਨੂੰ, ਮੈਂ ਬਾਇਸ ਕਿਉਂ ਅੱਜ ਕਿਉਂ ਬਾਇਸ ਲੱਗਿਆ ਇੰਨੇ ਸਾਲਾਂ ਬਾਅਦ? ਗਰੇਵਾਲ ਸਾਹਿਬ ਅੱਜ ਕੀ ਹੋ ਗਿਆ? ਕੇਪੀ ਜੀ, ਤੁਸੀਂ ਬੋਲ, ਮੈਂ ਐਡ ਆਨ ਕਰਨਾ ਚਾਹੁੰਦਾ, ਇੱਕ ਮਿੰਟ ਮੰਗੜ ਸਾਹਿਬ, ਇਹਨਾਂ ਨੂੰ ਬਾਇਸ ਤੁਸੀਂ ਕਿਉਂ ਲੱਗੇ? ਮੰਗੜ ਸਾਹਿਬ ਕਿਉਂਕਿ ਤੁਸੀਂ ਨਹੀਂ, ਮੰਗੜ ਸਾਹਿਬ ਇਹਨਾਂ ਦਾ ਪ੍ਰੋਪਾਗੈਂਡਾ ਨਹੀਂ ਚਲਾਉਂਦੇ, ਜਿਹੜਾ ਜ਼ੀ ਟੀਵੀ ਚਲਾਉਂਦਾ ਹੈ ਹੋਰ ਚੈਨਲ ਜਿੱਦਾਂ ਇਹਨਾਂ ਦਾ ਪ੍ਰੋਪਾਗੈਂਡਾ ਰਾਂ, ਮੰਗੜ ਸਾਹਿਬ ਇਹਨਾਂ ਤੁਸੀਂ ਕਰਦੇ ਹੋ, ਮੰਗੜ ਸਾਹਿਬ ਬਾਇਸ ਲੱਗੇ, ਮੰਗੜ ਸਾਹਿਬ ਮੈਂ ਕਿਸੇ ਮੀਡੀਆ ਅਦਾਰੇ ਤੋਂ ਕੁਝ ਨਹੀਂ ਲੈਣਾ ਗਾ, ਮੈਂ ਆਪਦਾ ਕੰਮ ਕਰ ਰਿਹਾ, ਸਾਡੀ ਆਰਗੇਨਾਈਜੇਸ਼ਨ ਆਪਦਾ ਕੰਮ ਕਰਦੀ ਪਈ ਹੈ। ਗਰੇਵਾਲ ਸਾਹਿਬ, ਇਹ ਬਾਇਸਡ ਵਾਲਾ ਜਿਹੜਾ ਆਪਾਂ ਚੱਕਰ ਸ਼ੁਰੂ ਕਰਦਾ, ਇਹ ਆਪਾਂ ਐਵੇਂ ਨਾ ਕਹਿ ਦਿਆ ਕਰੀਏ, ਹਵਾ 'ਚ ਨਹੀਂ, ਹਵਾ 'ਚ ਨਾ ਕਹੀਏ, ਇਹ ਸਾਰੀ ਠੀਕ ਹੈ। ਮੈਂ
ਉਹ ਕਿੰਨੀਆਂ ਹੋਈਆਂ ਆ, ਕਿੰਨਾ ਪਰਸੈਂਟ ਰਾਈਜ਼ ਹੋਇਆ ਤਾਂ ਕਿਹੜੀਆਂ ਸਟੇਟਾਂ 'ਚ ਹੋਇਆ, ਅਤੇ ਸ਼ਾਇਦ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਜਾਂ ਇਹਨਾਂ ਦੀ ਅਲਾਇੰਸ ਦੀ ਸਰਕਾਰ ਹੈ ਉੱਥੇ ਸਭ ਤੋਂ ਵੱਧ ਦਲਿਤਾਂ ਦੇ ਨਾਲ ਅੱਤਿਆਚਾਰ ਹੋ ਰਿਹਾ ਹੈ। ਦੂਜੀ ਗੱਲ, ਇਹ ਡੇਟਾ ਹੈ ਜੀ, ਤੁਹਾਡੀ ਸਰਕਾਰ ਹੀ ਸੀਗੀ, ਜਦੋਂ ਐਨ ਸੀ ਆਰ ਬੀ ਦਾ ਡਾਟਾ ਤੁਹਾਡੀ ਸਰਕਾਰ ਨੇ ਕੀਤਾ, 6% ਦਾ ਰਾਈਜ਼ ਹੋਇਆ। ਦੂਜੀ ਗੱਲ, ਇਹਨਾਂ ਨੂੰ ਦਲਿਤ ਸਮਾਜ ਇਸ ਕਰਕੇ ਪਸੰਦ ਨਹੀਂ ਗਾ ਕਿਉਂਕਿ ਇਹ ਮਨੂਵਾਦ ਲਿਆਉਣਾ ਚਾਹੁੰਦੇ ਆ। ਤੁਹਾਨੂੰ ਪਸੰਦ ਹੈ, ਤੁਹਾਨੂੰ ਪਸੰਦ ਹੈ ਸੰਵਿਧਾਨ ਦੀ ਇੱਜ਼ਤ ਕੀਤੀ ਹੈ, ਸੰਵਿਧਾਨ ਦੇ ਪੈਰਾਮੀਟਰ 'ਚ ਰਹਿ ਕੇ ਜੋ ਵੀ ਆਪਦੇ ਕਦਮ ਚੱਕੇ ਉਹ ਕੀਤੇ ਆ, ਕਦੀ ਸੰਵਿਧਾਨ ਦੇ ਨਾਲ ਖਿਲਵਾੜ ਨਹੀਂ ਕੀਤਾ। ਹਾਂ, ਹੁਣ ਤੁਸੀਂ ਕਹਿ ਦੋਗੇ ਐਮਰਜੈਂਸੀ, ਬਿਲਕੁਲ, ਜੇ ਸਾਡੀ ਕਿਸੇ ਪੋਲੀਟੀਕਲ ਲੀਡਰ ਨੇ ਐਮਰਜੈਂਸੀ ਲਿਆਂਦੀ ਤੇ ਦੇਸ਼ ਨੇ ਉਹਨੂੰ ਉਹਦਾ ਐਨਾ ਵੀ ਦਿਖਾਤਾ ਤੇ ਫਿਰ ਇਹਨਾਂ ਨੂੰ ਵੀ ਦਿਖਾ ਦੇਣਗੇ। ਪਰ ਗੱਲ ਹੈ, ਗੱਲ ਹੈ, ਮੇਰੀ ਗੱਲ ਸੁਣੋ, ਜਲਦੀ 'ਚ ਨਹੀਂ, ਗੱਲ ਇਹ ਆ ਵੀ ਅਸੀਂ ਕੋਈ ਵੀ ਇੱਕ ਸੈਕਸ਼ਨ ਆਫ ਸੁਸਾਇਟੀ ਨੂੰ ਮਾਰਜਨਲਾਈਜ਼ ਨਹੀਂ ਕੀਤਾ, ਠੀਕ ਹੈ, ਜਿੱਦਾਂ ਕਿ ਇਹ ਕਰ ਰਹੇ ਆ ਇਹ ਐਜੂਕੇਸ਼ਨ ਸਿਸਟਮ। ਬਹੁਤ ਜਲਦਬਾਜ਼ੀ ਚ ਬੋਲੀ ਜਾਂਦੇ ਆ, ਉਹ ਸਰਕਾਰ ਦੇ ਫੈਸਲੇ ਤੋਂ ਬਾਅਦ ਸੋਚਣਾ ਚਾਹੀਦਾ ਕਿ ਅਸੀਂ ਕੀ ਬੋਲਣਾ, ਫਿਰ ਕਮੈਂਟ ਕਰਨ। ਔਰ ਦੂਜੀ ਗੱਲ ਜਿਹੜੀ ਮਨੂਵਾਦ ਦੀ ਇਹਨਾਂ ਨੇ ਗੱਲ ਕੀਤੀ ਆ, ਇਹ ਮਨੂ ਤੋਂ ਮਨੁੱਖ ਬਣਿਆ, ਹਿੰਦੂ ਕਹਿੰਦੇ ਆ, ਇਸਲਾਮ ਵਾਲੇ ਕਹਿੰਦੇ ਆਦਮ ਤੋਂ ਆਦਮੀ, ਬਾਬਾ ਦਾ ਅੰਤਰ ਨਹੀਂ ਹੈ, ਭਾਸ਼ਾ ਦਾ ਅੰਤਰ ਹੈ, ਇਹਨਾਂ ਨੇ ਪੈਦਾ ਕੀਤਾ ਹੋਇਆ, ਦੇਸ਼ ਦੇ ਲੋਕਾਂ ਨੂੰ ਲੜਾਉਣ ਲਈ ਪੈਦਾ ਕੀਤਾ। ਅੱਛਾ, ਇੱਕ ਸੰਘ ਤੇ ਵਾਰ-ਵਾਰ ਸਵਾਲ ਉੱਠਦਾ ਕਿ ਸੰਘ ਰਾਖਵਾ ਕਰਨ ਦੇ ਖਿਲਾਫ ਹੈ। ਬਿਲਕੁਲ ਖਿਲਾਫ ਨਹੀਂ ਹੈ ਸੰਘ ਇਹਨਾਂ ਗੱਲਾਂ 'ਚ ਦਖਲ ਨਹੀਂ ਦਿੰਦਾ ਦਲਿਤਾਂ ਦੇ ਲਈ। ਅੱਜ ਤੁਹਾਨੂੰ ਪਤਾ ਕਿ 400 ਤੋਂ ਜ਼ਿਆਦਾ ਪ੍ਰਚਾਰਕ ਨੇ ਦਲਿਤ ਪੜ੍ਹੇ ਲਿਖੇ ਸੰਘ ਦੇ ਵਿੱਚ, ਕੋਈ ਸੰਘ ਦਾ ਹੁਣ ਤੱਕ ਦਲਿਤ ਪ੍ਰਧਾਨ ਹੋਇਆ? ਬਿਲਕੁਲ ਹੋ ਜਾਣਾ ਅੱਗੇ ਜਾ ਕੇ, ਹੁਣ ਤੱਕ ਹੋਇਆ, ਹੁਣ 400 ਆ ਗਏ ਨੇ, ਪਹਿਲਾਂ ਤਾਂ 4 ਵੀ ਨਹੀਂ ਸੀਗੇ, ਹੁਣ 400 ਆ ਗਏ ਪ੍ਰਚਾਰਕ, ਪੜ੍ਹੇ ਲਿਖੇ ਆ ਗਏ, ਜਿਹਨਾਂ ਨੇ MBBS ਕੀਤੀ ਹੋਈ ਆ, ਜਿਹਨਾਂ ਨੇ IAS ਕਰਕੇ ਛੱਡ ਕੇ ਲੱਗੇ ਹੋਏ। ਇਹ ਸਵਾਲ ਤਾਂ ਨਹੀਂ ਬਾਇਸ ਲੱਗਿਆ, ਕੋਈ ਬਾਇਸ ਨਹੀਂ ਲੱਗਿਆ, ਮੈਨੂੰ ਮੌਕਾ ਦਿੱਤਾ ਤੁਸੀਂ ਦੱਸਣ ਦਾ। ਚਲੋ ਠੀਕ ਹੈ, ਬਹੁਤ ਧੰਨਵਾਦ ਗਰੇਵਾਲ ਸਾਹਿਬ, ਬਹੁਤ ਧੰਨਵਾਦ ਤੁਹਾਡਾ, ਮਾਂਗਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਕੈਨ ਸਾਹਿਬ ਤੁਹਾਡਾ ਬਹੁਤ ਧੰਨਵਾਦ, ਛਿਬੜ ਸਾਹਿਬ ਤੁਹਾਡਾ ਬਹੁਤ ਧੰਨਵਾਦ, ਤੁਸੀਂ ਇਹਨਾਂ ਸਾਰੇ ਪੈਨਲਿਸਟ ਦੀਆਂ ਟਿੱਪਣੀਆਂ ਸੁਣੀਆਂ, ਫੈਸਲਾ ਤੁਸੀਂ ਕਰਨਾ ਬਾਇਸ ਕੌਣ ਹੈਗਾ, ਪਰ ਮੇਰਾ ਸਵਾਲ ਇਹ ਹਜੇ ਵੀ ਹੈਗਾ ਕਿ ਰਾਖਵਾਂ ਕਰਨ ਅਤੇ DNA ਵਾਲੀ ਰਾਜਨੀਤੀ ਜੇ ਹੋ ਰਹੀ ਹੈ ਅਤੇ ਉਸ ਰਾਜਨੀਤੀ ਵਿੱਚ ਇਹ ਸਾਰੀਆਂ ਧਿਰਾਂ ਖੜੀਆਂ ਨੇ, ਅਤੇ ਜਦੋਂ ਸੰਵਿਧਾਨ ਨਿਰਮਾਤਾ ਅੱਗੇ ਇਹ ਸਵਾਲ ਰੱਖਿਆ ਜਾਵੇਗਾ ਤਾਂ ਉਹ ਸ਼ਾਇਦ ਕਹਿਣਗੇ ਕਿ ਪਤਾ ਨਹੀਂ ਇਸ ਸੰਵਿਧਾਨ ਨੂੰ ਇਹ ਲਾਗੂ ਕਿਵੇਂ ਕਰਦੇ ਆ ਅਤੇ ਤੋੜਦੇ ਮਰੋੜਦੇ ਕਿਵੇਂ ਹੈਗੇ ਆ। ਇਹ ਸਵਾਲ ਬਾਕੀ ਹੈਗਾ ਕਿਉਂਕਿ ਸਵਾਲ ਸੂਬਾ ਸਰਕਾਰਾਂ 'ਤੇ ਵੀ ਹੈਗਾ, ਜੇ ਕੇਂਦਰ ਸਰਕਾਰ ਦੇ ਵਿੱਚ ਧਿਰ ਨਹੀਂ ਹੈਗੀ ਤਾਂ ਸੂਬਾ ਸਰਕਾਰਾਂ ਨੇ ਉਸ ਸੋਧ ਨੂੰ 85ਵੀਂ ਸੋਧ ਨੂੰ ਲਾਗੂ ਕਰਨ ਦੇ ਵਿੱਚ ਕਦਮ ਪਿੱਛੇ ਕਿਉਂ ਖਿੱਚੇ, ਉਹਨਾਂ ਸਰਕਾਰਾਂ 'ਤੇ ਵੀ ਸਵਾਲ ਹੋਣਗੇ ਜ਼ਰੂਰ। ਹਾਲਾਂਕਿ ਸੂਬਾ ਸਰਕਾਰਾਂ 'ਤੇ ਸਵਾਲ ਨਹੀਂ ਪੁੱਛੇ ਜਾ ਰਹੇ ਸੀ, ਸਿਰਫ ਕੇਂਦਰ ਸਰਕਾਰ 'ਤੇ ਸਵਾਲ ਕੀਤੇ ਜਾ ਰਹੇ ਸੀ, ਪਰ ਕੇਂਦਰ ਸਰਕਾਰਾਂ ਦੇ ਨਾਲ ਨਾਲ ਸੂਬਾ ਸਰਕਾਰਾਂ 'ਤੇ ਸਵਾਲ ਹੋਣਗੇ। ਜਿਹੜਾ ਦਲਿਤ ਸਮਾਜ ਹੈਗਾ ਉਹਨਾਂ ਨੂੰ ਅੱਗੇ ਲਿਜਾਣ ਦੇ ਲਈ ਸੂਬਾ ਸਰਕਾਰਾਂ ਨੇ ਹੁਣ ਤੱਕ ਕੀ ਕੀਤਾ ਹੈਗਾ, ਜਿਹੜੇ ਉਹਨਾਂ ਦੇ ਫੰਡਸ ਆਉਂਦੇ ਆ, ਚਾਹੇ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਮਾਮਲਾ ਹੋਵੇ ਅਤੇ ਚਾਹੇ ਜਿਹੜੇ ਹੋਰ ਫੰਡਸ ਹੋਣ, ਉਹਨਾਂ ਦਾ ਜ਼ਿਕਰ ਕਿਉਂ ਨਹੀਂ ਹੁੰਦਾ ਗਾ, ਜਦੋਂ ਉਹਨਾਂ ਦੇ ਸਰਟੀਫਿਕੇਟ ਦੇਣੇ ਹੁੰਦੇ ਆ, UC ਦੇਣਾ ਹੁੰਦਾ, ਉਦੋਂ ਪਤਾ ਨਹੀਂ ਕਿੱਥੇ ਚੱਲ ਜਾਂਦੇ ਆ, ਉਦੋਂ ਵੀ ਸਵਾਲ ਹੈ ਇਹਨਾਂ ਨੂੰ ਆਪਦੇ ਆਪ 'ਤੇ ਪੁੱਛਣੇ ਚਾਹੀਦੇ ਸਰ, ਕਿ ਮੈਂ ਸਵਾਲ ਵਾਰ ਵਾਰ ਪੁੱਛੂੰਗਾ ਅਤੇ ਹੁਣ ਵਿਧਾਨ ਸਭਾ ਇਜਲਾਸ ਆ ਰਿਹਾ ਪੰਜਾਬ ਦਾ, ਉੱਥੇ ਸਵਾਲ ਖੜਾ ਵੀ ਹੋਵੇਗਾ। ਬਹੁਤ ਧੰਨਵਾਦ।